ਕਿ ਇਹ ਫਿਲਮ ਹੈ ਕਿ ਅਸਲ ਦੇ ਵਿੱਚ ਸਾਡੀ ਕਹਾਣੀ ਜੰਗ ਦੇ ਆਫਟਰ ਇਫੈਕਟs ਹੈਗਾ ਮੈਨੂੰ ਯਾਦ ਆ ਮੈਂ ਇੱਕ ਦੋਸਤ ਨੂੰ ਬੰਬੂਗਾਰਡ ਜਦੋਂ ਪਹਿਲੀ ਵਾਰ ਸੁਣਾਈ ਸੀ ਉਹ ਮੈਨੂੰ ਕਹਿੰਦਾ ਬਕਵਾਸ ਆ ਮੇਰੀ ਤਸੱਲੀ ਦੀ ਫਿਲਮ ਉਹਦੇ ਹੀ ਹੁੰਦੀ ਆ ਜਦੋਂ ਮੈਂ ਸੈੱਟ ਤੇ ਡਾਇਰੈਕਟਰ ਦੇ ਨਾਲ ਖੜਾ ਹੁੰਦਾ ਤੁਹਾਨੂੰ ਲੱਗਦਾ ਕਿ ਰਾਈਟਰ ਨੂੰ ਇਹ ਗੱਲ ਕਹਿਣੀ ਚਾਹੀਦੀ ਜਦਕਿ ਤੁਸੀਂ ਖੁਦ ਇੱਕ ਰਾਈਟਰ ਹੋ ਮੈਂ ਤਾਂ ਇਸ ਗੱਲ ਤੇ ਚੁੱਪ ਹੀ ਰਹੂੰਗਾ ਜੀ ਮੇਰੇ ਦੋਸਤਾਂ ਵਿਆਹ ਦੀ ਸੀ ਡਰਿੰਕ ਕੀਤੀ ਹੋਈ ਸੀ ਮੈਨੂੰ ਐ ਮੈਂ ਹੈਰਾਨ ਆ ਕਿ ਮੈਂ ਇੰਟਰਵਿਊ 'ਚ ਕਿਉਂ ਕਿਹਾ ਹਾਂ ਹਾਂ ਮੈਂ ਇੱਕ ਹਿੰਦੀ ਫਿਲਮ ਬਾਰੇ ਮਾੜਾ ਬੋਲਿਆ ਸੀ ਕਿ ਲੋਕਾਂ ਨੂੰ ਜਿ ਮੁਰਾ ਲੱਗਦਾ ਲੱਗ ਜਿਵੇਂ ਇਹ ਗੱਲ ਹੈਗੀ ਆ ਕਿ ਰਾਈਟਰ ਫਿਲਮ ਪੂਰੀ ਤਿਆਰ ਮੈਂ ਬਾਸ ਉਹਨਾਂ ਜਿਹੜੇ ਵਲ ਚਾਲਨ ਦੇ ਦੇਖ ਕੇ ਗੱਲ ਕਰਦੇ ਹਾਂ ਪਹਿਲੀ ਵਾਰ ਹੋਇਆ ਯਾਰ ਮੈਨੂੰ ਅਰਾਦਾ ਮੈਂ ਜੰਮੀ ਸ਼ੇਰ ਗੱਲ ਨਹੀਂ ਦਲਪ ਕੁਮਾਰ ਨਾ ਕੰਮ ਕਰ ਰਿਹਾ ਪਹਿਲੀ ਵਾਰ ਲੱਗਿਆ ਕਿ ਯਾਰ ਹਾਂ ਹੀਰੋ ਨਾ ਕੰਮ ਕਰ ਰਿਹਾ ਮਾਨਸ ਜਨਮ ਅਮੋਲਕ ਹੀਰਾ ਨਾ ਕਰ ਤੂੰ ਵਰਵਾ ਜਿੰਦੜੀਏ ਰੋਵਾਂਗੇ ਕਰ ਕਰਵੇਲਾ ਯਾ ਜਿੰਦੜੀਏ ਰੋਵਾਂਗੇ ਇਸ ਨੰਬਰ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਗਰੇਵਾਲ ਇੱਕ ਵਾਰ ਫਿਰ ਤੋਂ ਸਵਾਗਤ ਕਰਦੀ ਹਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਜਦੋਂ ਕੋਈ ਵੀ ਫਿਲਮ ਦੇਖਦੇ ਹਾਂ ਤਾਂ ਆਪਾਂ ਹਰ ਕੋ ਜਣਾ ਆਪਣਾ ਆਪਣਾ ਵਿਚਾਰ ਲੈ ਕੇ ਥੀਏਟਰ ਦੇ ਵਿੱਚੋਂ ਨਿਕਲਦਾ ਕੋਈ ਕਹਿੰਦਾ ਕਿ ਫਿਲਮ ਦੇ ਵਿੱਚ ਅਦਾਕਾਰੀ ਬੜੀ ਕਮਾਲ ਦੀ ਸੀ ਕਈਆਂ ਨੂੰ ਫਿਲਮ ਦਾ ਸੰਗੀਤ ਬੜਾ ਚੰਗਾ ਲੱਗਦਾ ਜਾਂ ਕਈ ਕਹਿੰਦੇ ਨੇ ਕਿ ਨਿਰਦੇਸ਼ਨ ਬੜਾ ਸੋਹਣਾ ਸੀਗਾ ਫਿਲਮ ਦਾ ਜਾਂ ਕਈ ਕਹਿੰਦੇ ਨੇ ਕਿ ਫਿਲਮ ਦੀ ਕਹਾਣੀ ਬੜੀ ਸੋਹਣੀ ਸੀਗੀ ਸੋ ਅੱਜ ਨਿਊਜ਼ ਨੰਬਰ ਤੇ ਆਪਾਂ ਤੁਹਾਨੂੰ ਪੰਜਾਬੀ ਫਿਲਮ ਇੰਡਸਟਰੀ ਦੇ ਐਸੇ ਕਹਾਣੀਕਾਰ ਨੂੰ ਰੂਬਰੂ ਕਰ ਰਹੇ ਹਾਂ ਜਿਨ੍ਹਾਂ ਦੀਆਂ ਫਿਲਮਾਂ ਜੱਟ ਜੇਮਸ ਬੌਂਡ ਬੰਬੂਕਾਰ ਰੱਬ ਦਾ ਰੇਡੀਓ ਫਰਾਡ ਸਾਹ ਬਹਾਦਰ ਬਾਈ ਲਾਰਸ ਫਿਲਮਾਂ ਤੁਸੀਂ ਹੁਣ ਤੱਕ ਦੇਖੀਆਂ ਉਹਨਾਂ ਨੇ ਬਾ ਕਮਾਲ ਦੀਆਂ ਕਹਾਣੀਆਂ ਲਿਖੀਆਂ ਨੇ ਅਤੇ ਆਪਣੀ ਜਿਹੜੀ ਅਗਲਾ ਮਾਸਟਰਪੀਸ ਉਹ ਲੈ ਕੇ ਆ ਰਹੇ ਨੇ 4 ਮਹੀਨوں ਦਾਣਾ ਪਾਣੀ ਸੋ ਉਸੇ ਫਿਲਮ ਦੇ ਬਾਬਤ ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਦਾਣਾ ਪਾਣੀ ਫਿਲਮ ਹੈ ਕੀ ਜਾਂ ਫਿਰ ਉਹਨਾਂ ਦਾ ਹੁਣ ਤੱਕ ਦਾ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਸਫ਼ਰ ਕਿਦਾਂ ਦਾ ਰਿਹਾ ਤੇ ਸਵਾਗਤ ਕਰਦੇ ਹਾਂ ਜਸ ਗਰੇਵਾਲ ਜੀ ਦਾ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਬਹੁਤ ਵਧੀਆ ਜੀ ਸਲਾਮ ਬਹੁਤ ਮੁਬਾਰਕਾ ਇੱਕ ਤੇ ਦਾਣਾ ਪਾਣੀ ਫਿਲਮ ਦੇ ਲਈ ਨਾਨੂ ਕੇ ਸਟੂਡੀਓਜ਼ ਜੀ ਕੇ ਐਂਟਰਟੇਨਮੈਂਟ ਇਨ ਐਸੋਸੀਏਸ਼ਨ ਵਿਦ ਕੈਮਟ ਫਿਲਮਸ ਇਹ ਰਿਲੀਜ਼ ਹੋ ਰਹੀ ਹੈ 4 ਮਈ ਨੂੰ ਜਿਮੀ ਸ਼ੇਰ ਗਿੱਲ ਸਿਮੀ ਚਾਹਲ ਬਸੰਤ ਕੌਰ ਮਹਿਤਾਬ ਸਿੰਘ ਇਹ ਕਿੰਨੇ ਸੋਹਣੇ ਸੋਹਣੇ ਨਾਂ ਦੇ ਕਿਰਦਾਰ ਤੁਸੀਂ ਆਪਣੀ ਫਿਲਮ ਦੇ ਵਿੱਚ ਲੈ ਕੇ ਆਏ ਹੋ ਹਰ ਵਾਰ ਦੀ ਤਰ੍ਹਾਂ ਭਾਜੀ ਕਹਾਣੀਕਾਰ ਪਹਿਲਾਂ ਤਾਂ ਮੈਨੂੰ ਤੁਸੀਂ ਆਪਣੇ ਇਸ profession ਬਾਰੇ ਦੱਸੋ ਕਿ ਤੁਹਾਨੂੰ ਆਪਣਾ profession ਕਿਦਾਂ ਦਾ ਲੱਗਦਾ ਬਹੁਤ ਵਧੀਆ ਲੱਗਦਾ ਜੀ ਮਤਲਬ ਆ ਦੁਨੀਆ ਦੇ ਵਿੱਚ ਸਭ ਤੋਂ ਵਧੀਆ profession ਇਹ ਹੀ ਲੱਗਦਾ ਮੈਨੂੰ ਲੋਕੀ ਕਹਿੰਦੇ ਨੇ ਕਿ ਅਸੀਂ ਸੋਚ ਬਹੁਤ ਸੋਹਣਾ ਲੈਂਦੇ ਆ ਵੀ ਚੀਜ਼ਾਂ ਅਬਜ਼ਰਵ ਵੀ ਕਰ ਲੈਂਦੇ ਆ ਪਰ ਅਸੀਂ ਐਕਸਪ੍ਰੈਸ ਨਹੀਂ ਕਰ ਪਾਉਂਦੇ ਹੈਗੇ ਇੱਕ ਕਹਾਣੀਕਾਰ ਦੇ ਅੰਦਰ ਕਿਹੜੀ ਹੈ ਜੀ ਕੁਆਲਿਟੀ ਹੁੰਦੀ ਹੈ ਜਿਹੜਾ ਤੁਸੀਂ ਕਿਉਂਕਿ ਜੋ ਕਿਰਦਾਰ ਤੁਸੀਂ ਕਦੇ ਦੇਖੇ ਨਹੀਂ ਤੁਸੀਂ ਉਹਨਾਂ ਨੂੰ ਮਿਲੇ ਨਹੀਂ ਹੈਗੇ ਉਹ ਲੋਕਾਂ ਦੇ ਵਿੱਚ ਲਿਆ ਕੇ ਖੜੇ ਕਰ ਦੇਣੇ ਅਤੇ ਫਿਰ ਲੋਕਾਂ ਨੂੰ ਕਿੰਨਾ ਕਿੰਨਾ ਚਿਰ ਉਹ ਕਿਰਦਾਰ ਚੇਤੇ ਰਹਿੰਦੇ ਨੇ ਗੁੱਡੀ ਵਰਗੇ ਕਿਰਦਾਰ ਹਨਾ ਤੇ ਕਿਵੇਂ ਉਹ ਤੁਸੀਂ ਚੀਜ਼ਾਂ ਐਕਸਪ੍ਰੈਸ ਕਰ ਦਿੰਦੇ ਹੋ ਮੈਮ ਮੈਨੂੰ ਇਹ ਲੱਗਦਾ ਕਿ ਅਬਜ਼ਰਵੇਸ਼ਨ ਤਾਂ ਹਰ ਇਨਸਾਨ ਜੋ ਇਸ ਦੁਨੀਆ ਚ ਸਰਵਾਈਵ ਕਰ ਰਿਹਾ ਅਬਜ਼ਰਵੇਸ਼ਨ ਤਾਂ ਕਰਦਾ ਹੀ ਰਹਿੰਦਾ ਹਨ ਤੇ ਮੈਨੂੰ ਇਹ ਲੱਗਦਾ ਕਿ ਹਰ ਇਨਸਾਨ ਦਾ ਮੂਲ ਕਮ ਅਬਜ਼ਰਵੇਸ਼ਨ ਕਰਨੀ ਤੇ ਹਰ ਇਨਸਾਨ ਦੀ ਮੂਲ ਸਟਰਗਲ ਐਕਸਪਰੈਸ ਕਰਨਾ ਤੇ ਕੁਝ ਲੋਕ ਖੁਸ਼ਕਿਸਮਤ ਨੇ ਕਿ ਉਹ ਆਖਰ ਨੂੰ ਐਕਸਪਰੈਸ ਕਰਨ ਦੀ ਵਿਧੀ ਸਿੱਖ ਲੈਂਦੇ ਨੇ ਮੈਂ ਹਲੇ ਉਹ ਨਹੀਂ ਸਿੱਖਿਆ ਹਾਲੇ ਤਾਂ ਸਿੱਖ ਰਿਹਾ ਹਾਂ ਹਾਲੇ ਤਾਂ ਮੈਂ ਸਟੂਡੈਂਟ ਹਾਂ ਔਰ ਫਿਰ ਵੀ ਥੋੜਾ ਬਹੁਤ ਐਕਸਪ੍ਰੈਸ ਕਰ ਲੈਣਾ ਆ ਮੇਰੇ ਐਕਸਪ੍ਰੈਸ਼ਨਸ ਹੀ ਨੇ ਸਾਰੇ ਜੀ ਤੁਹਾਡੇ ਕਿਰਦਾਰ ਲੋਕਾਂ ਦੇ ਇੰਨਾ ਨੇੜੇ ਕਿਵੇਂ ਹੋ ਜਾਂਦੇ ਨੇਗੇ ਭਾਵੇਂ ਅਸੀਂ ਪੱਕੋ ਦੀ ਗੱਲ ਕਰ ਲਈ ਤਾਂ ਹਰ ਕੁੜੀ ਆਪਣੇ ਵਿੱਚ ਜਿਹੜੀ ਕੁੜੀ ਸਾੰਮਲੇ ਰੰਗਦੀ ਆ ਜਾਂ ਕਣਕ ਵੰਗੇ ਕਣਕ ਬੰਨੇ ਰੰਗਦੀ ਆ ਹਨਾ ਉਹ ਪੱਕੋ ਦੇ ਵਿੱਚ ਆਪਣਾ ਆਪ ਦੇਖਦੀ ਆ ਗੁੱਡੀ ਦੇ ਵਿੱਚ ਮੇਰੇ ਵਰਗੀ ਕੋਈ ਆਪਣਾ ਆਪ ਦੇਖਦੀ ਹੋਊਗੀ ਹਨਾ ਤੇ ਇਹ ਕਿਰਦਾਰ ਇੰਨਾ ਲੋਕਾਂ ਦੇ ਨੇੜੇ ਕਿਵੇਂ ਹੋ ਜਾਂਦੇ ਨੇ ਸ਼ਾਇਦ ਇਸ ਲਈ ਕਿ ਜੋ ਵੀ ਇੱਕ ਬੰਦੇਨ ਇੱਕ ਬੰਦੇ ਚ ਜਿਗਿਆਸਾ ਹੁੰਦੀ ਆ ਚੀਜ਼ਾਂ ਨੂੰ ਜਾਣਨ ਦੀ ਕਰੌਸਿਟੀ ਹੁੰਦੀ ਆ ਹਰ ਸਵਾਲ ਦਾ ਜਵਾਬ ਸ਼ਾਇਦ ਮੈਂ ਬਚਪਨ ਚ ਬਹੁਤ ਜ਼ਿਆਦਾ ਜਿਗਿਆਸੂ ਬੱਚਾ ਸੀ ਹਨ ਤੇ ਉਹ ਜਿਗਿਆਸਾ ਫਿਰ ਥੋਨੂੰ ਇਨਸਾਨਾਂ ਨੂੰ ਪੜਨ ਪੜਨ ਦੇ ਵਿੱਚ ਲਾ ਦਿੰਦੀ ਆ ਫਿਰ ਤੁਸੀਂ ਕਿਤਾਬਾਂ ਵੀ ਪੜਦੇ ਹੋ ਲੇਕਿਨ ਆਖਰਕਾਰ ਪੜਨ ਦਾ ਸ਼ੌਕ ਐਨਾ ਜਾਣਨ ਦਾ ਸ਼ੌਕ ਐਨਾ ਵਧ ਜਾਂਦਾ ਕਿ ਜ਼ਿੰਦਗੀ ਕਿਤਾਬ ਬਣ ਜਾਂਦੀ ਆ ਤੁਸੀਂ ਹਰ ਇਨਸਾਨ ਨੂੰ ਪੜ ਰਹੇ ਹੋ ਹਰ ਇਨਸਾਨ ਨੂੰ ਅਬਜ਼ਰਵ ਕਰ ਰਹੇ ਹੋ ਆਪ ਦੇ ਆਪ ਨੂੰ ਵੀ ਲੋਕਾਂ ਨੂੰ ਵੀ ਤੁਸੀਂ ਫਰਕ ਦੇਖਦੇ ਹੋ ਹਾਲਾਂਕਿ ਫਰਕ ਕਰਦੇ ਨਹੀਂ ਪਰ ਫਰਕ ਫਰਕ ਕਰਨਾ ਗਲਤ ਆ ਪਰ ਦੇਖਣਾ ਫਰਕ ਜ਼ਰੂਰੀ ਹੈ ਜੀ ਫਰਕ ਦੇਖਦੇ ਹੋ ਤਾਂ ਤੁਸੀਂ ਥੋੜੂ ਜ਼ਿੰਦਗੀ ਕਿਤਾਬ ਬਣ ਜਾਂਦੀ ਹੈ ਹਰ ਚੀਜ਼ ਨੂੰ ਗਹਿਰਾਈ ਨਾਲ ਪੜਨ ਦੀ ਆਦਤ ਬਣ ਜਾਂਦੀ ਹੈ ਸ਼ਾਇਦ ਪੱਕੋ ਦੇ ਕਿਰਦਾਰ ਦੇ ਕੁਝ ਸ਼ੇਡਸ ਮੈਂ ਜ਼ਿੰਦਗੀ ਦੇ ਵਿੱਚ ਆਮ ਆਮ ਪੰਜਾਬ ਦੀ ਜ਼ਿੰਦਗੀ ਵਿੱਚ ਦੇਖੇ ਨੇ ਉਹੀ ਐਕਸਪ੍ਰੈਸ ਕਰਤੇ ਜੀ ਇਸ ਤੋਂ ਪਹਿਲਾਂ ਮੈਂ ਤੁਹਾਡੇ ਬੰਬੇ ਦੀ ਸਟ੍ਰਾਈਗਲ ਦੀ ਗੱਲ ਕਰਾਂ ਇੱਕ ਹੋਰ ਛੋਟਾ ਜਿਹਾ ਸਵਾਲ ਹੈ ਜਿਹੜਾ ਤੁਹਾਡੀ ਕਹਾਣੀਆਂ ਨੂੰ ਲੈ ਕੇ ਮੈਂ ਕਰਨਾ ਚਾਹੂੰਗੀ ਭਾਵੇਂ ਤੁਹਾਡੀ ਕਹਾਣੀਆਂ ਦਾ ਜਿਹੜਾ ਦਾਇਰਾ ਹੁੰਦਾ ਬੜਾ ਜਾਇਜ਼ ਹੁੰਦਾ ਇੱਕ ਛੋਟੇ ਦਾਇਰੇ ਦੇ ਵਿੱਚ ਇੱਕ ਕਹਾਣੀ ਖੇੜੀ ਗਈ ਹੁੰਦੀ ਆ ਉਹਦੇ ਵਿੱਚ ਹੀ ਤੁਸੀਂ ਇਮੋਸ਼ਨਸ ਉਹਦੇ ਵਿੱਚ ਹੀ ਐਂਗਰ ਉਹਦੇ ਵਿੱਚ ਹੀ ਆ ਜਿਹੜਾ ਕ੍ਰਿਟਿਸਿਜ਼ਮ ਉਹਦੇ ਵਿੱਚ ਹੀ ਐਪਰੀਸੀਏਸ਼ਨ ਉਹਦੇ ਵਿੱਚ ਹੀ ਜਿਹੜਾ ਗੁੱਸਾ ਗਿਲਾ ਸਾਰਾ ਕੁਝ ਹੁੰਦਾ ਹੈ ਹਨਾ ਇਹ ਇੱਕ ਥੋੜੀ ਸੋਚ ਹੁੰਦੀ ਆ ਵੀ ਕਹਾਣੀ ਖੰਡਾਉਣੀ ਨਹੀਂ ਜਾਂ ਮੈਂ ਸਿਰਫ ਇੱਕ ਚੀਜ਼ ਇੱਕ ਧੁਰਾ ਤੁਸੀਂ ਫੜ ਲੈਣੇ ਹੋ ਸਿਰਫ ਉਹਨੇ ਇੱਕ ਦੁਆਲੀ ਕਹਾਣੀ ਘੁੰਮਦੀ ਆ ਉਹਨੇ ਇੱਕ ਚੀ ਤੁਹਾਡੇ ਸਾਰੇ ਪਾਤਰ ਹੁੰਦੇ ਨੇ ਕਿਵੇਂ ਲਿਖਦੇ ਹੋ ਤੁਸੀਂ ਕਹਾਣੀ ਮੈਮ ਜਿਵੇਂ ਚੀਸ ਕੰਡਾ ਵਜੇ ਦੇ ਨਿਕਲਦੀ ਆ ਤਲਵਾਰ ਵਜੇ ਦੇ ਵੀ ਜੀਸੀ ਨਿਕਲਦੀ ਆ ਕਿਸੇ ਦੇ ਰੁੱਸੇ ਦੇ ਵੀ ਹੰਝੂ ਆ ਸਕਦਾ ਕਿਸੇ ਦੇ ਛੱਡ ਕੇ ਜਾਣ ਦੇ ਵੀ ਆ ਸਕਦਾ ਬੇਸਿਕਲੀ ਜ਼ਰੂਰੀ ਨਹੀਂ ਹੈ ਕਿ ਇਮੋਸ਼ਨ ਬਹੁਤ ਵੱਡੇ ਹੱਥ ਸੇ ਨਾਲ ਹੀ ਪੈਦਾ ਹੋਣ ਛੋਟੇ ਜਿਹੇ ਹਾਦਸੇ ਨਾਲ ਵੀ ਜਿਵੇਂ ਆ ਸ਼ਾਇਦ ਰੱਬ ਦਾ ਰੇਡੀਓ ਦਾ ਜੋ ਹਾਦਸਾ ਸੀ ਬਹੁਤ ਛੋਟਾ ਹੀ ਸੀ ਹਨਾ ਕਿ ਕੁੜੀ ਦਾ ਰਿਸ਼ਤਾ ਟੁੱਟ ਗਿਆ ਜੀ ਇੱਕ ਕੁੜੀ ਤੋਂ ਝੂਠ ਬਲਵਾਇਆ ਗਿਆ ਆਖਰ ਨੂੰ ਉਹਨੇ ਸੱਚ ਬੋਲਤਾ ਬਹੁਤ ਸਿੰਪਲ ਕਹਾਣੀ ਸੀ ਸਿੰਪਲ ਹਾਦਸਾ ਸੀ ਮਤਲਬ ਤੁਸੀਂ ਵੱਡਾ ਈਮੋਸ਼ਨ ਛੋਟੇ ਹਾਦਸੇ 'ਚ ਵੀ ਕਹਿ ਸਕਦੇ ਹੋ ਜੀ ਉਹਦੇ ਲਈ ਤੁਹਾਨੂੰ ਥੋੜਾ ਜਿਹਾ ਬੱਚਿਆਂ ਵਾਂਗ ਹੋਣਾ ਪੈਂਦਾ ਤਾਂ ਹੀ ਸ਼ਾਇਦ ਉਹ ਇੱਕ irdar ਮੇਰੇ ਦੋਨੋਂ ਪੱਖੋਂ ਤੇ ਬਸੰਤ ਗੌਰ ਥੋੜੇ ਬੱਚਿਆਂ ਵਰਗੇ ਸੀ ਦੇ ਵਰ ਇਨੋਸੈਂਟ ਜਿਵੇਂ ਤੋਂ ਛੋਟੀਆਂ ਗੱਲਾਂ ਦੇ ਵਿੱਚ ਹਾਂਜੂ ਦਾ ਉਹੀ ਹੁੰਦੇ ਨੇ ਠੀਕ ਹੈ ਕਿਸੇ ਦੇ ਵੱਡੀ ਗਲਤੀਆਂ ਹੁੰਦੇ ਨੇ ਕਿਹਦਾ 100 ਕਰੋੜ ਦਾ ਨੁਕਸਾਨ ਹੋਣ ਤੇ ਆਉਂਦਾ ਕਿਸੇ ਦਾ ਘਲਾਉਣਾ ਡੁੱਟਣ ਦੀ ਆ ਜਾਂਦਾ ਸੋ ਬੇਸਿਕਲੀ ਮੇਰੇ ਗਰਦਾਰਾਂ ਦੇ ਹਾਂਜੂ ਛੋਟੀਆਂ ਗੱਲਾਂ ਦੇ ਆ ਜਾਂਦੇ ਨੇ ਹਾਸੇ ਵੀ ਉਹਨਾਂ ਦੀਆਂ ਛੋਟੀਆਂ ਗੱਲਾਂ ਦੀ ਆ ਜਾਂਦੇ ਨੇ ਸੋ ਵੱਡੇ ਹਾਦਸੇ ਦਿਖਾਉਣ ਦੀ ਲੋੜ ਹੈ ਨਹੀਂ ਮੈਂ ਛੋਟੇ ਹਾਦਸੇ ਹੀ ਦਿਖਾਉਣਾ ਤਾਂ ਹੀ ਸ਼ਾਇਦ ਲੋਕ ਰਿਲੇਟ ਕਰਦੇ ਨੇ ਕਿ ਛੋਟੀਆਂ-ਛੋਟੀਆਂ ਆਮ ਆਮ ਘਰਾਂ ਦੀਆਂ ਕਹਾਣੀਆਂ ਆ ਜੀ ਇਹ ਜਿਹੜੇ ਜਿੰਨੇ ਵੀ ਤੁਹਾਡੇ ਹੁਣ ਤੱਕ ਦੀਆਂ ਕਹਾਣੀਆਂ ਦੇ ਤੁਹਾਡੇ ਪਾਤਰ ਰਹੇ ਨੇਗੇ ਇਹ ਮਨ ਕਰਦੇ ਸੀਗੇ ਜਾਂ ਫਿਰ ਤੁਹਾਡੇ ਆਲੇ-ਦੁਆਲੇ ਉਹ ਵੀ ਇਹ ਪਾਤਰ ਤੁਹਾਡੇ ਦਿਮਾਗ ਦੇ ਵਿੱਚ ਰਹੇ ਨੇ ਮੈਨੂੰ ਇਹ ਤਾਂ ਮਨ ਕਰਤ ਕੁਝ ਵੀ ਹੋ ਨਹੀਂ ਸਕਦਾ ਕਦੇ ਜੋ ਪਰਮਾਤਮਾ ਨੇ ਬਣਾਤਾ-ਬਣਾਤਾ ਤੁਸੀਂ ਕੋਸ਼ਰ ਅੱਡ ਬਣਾ ਨਹੀਂ ਸਕਦੇ ਬੰਦੇ ਬੰਦਾ ਕੀ ਕਿਸੇ ਵੀ ਪਰਮਾਤਮਾ ਤੋਂ ਬਗੈਰ ਹੋਰ ਕੋਈ ਵੀ ਬੰਦਾ ਕੁਝ ਵੀ ਸਿਰਜਣਾ ਨਹੀਂ ਕਰ ਸਕਦਾ ਸੋ ਇਹ ਕਿਤੋਂ ਕਿਤੋਂ ਇੰਪ੍ਰੈਸ਼ਨਸ ਹੀ ਆਏ ਹੋਏ ਨੇ ਲੋਕਾਂ ਦੇ ਜਿਹੜੇ ਰੀਅਲ ਲਾਈਫ ਕੈਰੈਕਟਰਸ ਨੇ ਜਿਹੜੇ ਜੀ ਆਪਣੇ ਬਣਾਏ ਨੇ ਉਹਨਾਂ ਤੋਂ ਹੀ ਆਏ ਹੋਏ ਨੇ ਮੈਂ ਇਸ ਇੰਟਰਵਿਊ ਤੋਂ ਪਹਿਲਾਂ ਤੁਹਾਡੀਆਂ ਪੁਰਾਣੀ ਇੰਟਰਵਿਊ ਸੁਣ ਰਹੀ ਸੀ ਤੁਸੀਂ ਹਰ ਇੱਕ ਇੰਟਰਵਿਊ ਦੇ ਵਿੱਚ ਕਹਿੰਦੇ ਮੈਂ ਸੱਚੀ ਦੱਸੂਗਾ ਮੈਂ ਇੱਥੇ ਸੱਚ ਬੋਲੂਗਾ ਹਨਾ ਸੋ ਮੈਂ ਚਾਹੂੰਗੀ ਕਿ ਅਗਲੇ ਸਵਾਲ ਦਾ ਵੀ ਤੁਸੀਂ ਜਵਾਬ ਸੱਚੋ ਸੱਚ ਦੱਸੋ ਜੱਟ ਜੇ ਸੱਚੀ ਬੋਲਣਾ ਤਾਂ ਤਾਂ ਕਹਿਣ ਦੀ ਆਉਂਦਾ ਜੱਟ ਜেমস ਬੌਂਡ ਤੋਂ ਬਾਅਦ ਰੁਹਿਤ ਜੁਗਰਾਜ ਹੋਰਾਂ ਦਾ ਨਾਮ ਚਮਕਿਆ ਜਸ ਗਰੇਵਾਲ ਹੁਰਾਂ ਦਾ ਨਾਮ ਚਮਕਿਆ ਹਨ ਉਸ ਤੋਂ ਪਹਿਲਾਂ ਤੁਸੀਂ ਬੰਬਈ ਕਾਫੀ ਟਾਈਮ ਦੇ ਸਟ੍ਰਗਲ ਕਰ ਰਹੇ ਸੀਗੇ ਮੈਨੂੰ ਕੋਈ ਦੱਸ ਰਿਹਾ ਸੀ ਕਿ ਛੋਟਾ ਜਿਹਾ ਬੈਗ ਹੁੰਦਾ ਸੀ ਕਹਿੰਦੇ ਜਸ ਕੋਲ ਉਹਦੇ ਵਿੱਚ ਕੱਪੜੇ ਘਾਟੇ ਤੇ ਕਿਤਾਬਾਂ ਜ਼ਿਆਦਾ ਹੁੰਦੀਆਂ ਸੀਗੀਆਂ ਇਨਫਿਨਿਟੀ ਮਾਲ ਦੀ ਲਾਇਬ੍ਰੇਰੀ ਦੇ ਵਿੱਚ ਤੁਸੀਂ ਕਿੰਨੇ ਕਿੰਨੇ ਘੰਟੇ ਜਿਹੜਾ ਉੱਥੇ ਹੀ ਗੁਜ਼ਾਰਦੇ ਸੀਗੇ ਹਨਾ ਪੜ੍ਹਨ ਦਾ ਸ਼ੌਂਕ ਸੀਗਾ ਕਿਵੇਂ ਆਪਣੇ ਆਪ ਨੂੰ ਤੁਸੀਂ ਇੱਕ ਕਾਬਿਲ ਕਹਾਣੀਕਾਰ ਜਾਂ ਕਾਬਿਲ ਲੇਖਕ ਬਣਾ ਕੇ ਇੰਡਸਟਰੀ ਦੇ ਵਿੱਚ ਲੈ ਕੇ ਉਸ ਤੋਂ ਪਿੱਛੇ ਕਿਹੜੀ ਮਿਹਨਤ ਸੀਗੀ ਤੁਹਾਡੀ ਯਾਰ ਇੱਕ ਮਿਹਨਤ ਤਾਂ ਕਰਮਗੱਦੇ ਇਹਨਾਂ ਮਿਹਨਤੀ ਇਨਸਾਨ ਦਾ ਮੈਂ ਰਹੀ ਨਹੀਂ ਮੈਨਾਂ ਸਗੋਂ ਉਸ ਯਾਬਨਾ ਆ ਇੱਕ ਚੀਜ਼ ਸੀ ਕਿ ਜਦੋਂ ਬੰਬੇ ਮੈਂ ਹੁੰਦਾ ਸੀ ਮੈਂ ਆਪਣਾ ਕੈਰੀਅਰ ਬਣਾਉਣ ਗਿਆ ਸੀ ਕਿਉਂਕਿ ਕੋਈ ਗੋਡਫਾਦਰ ਨਹੀਂ ਸੀ ਕੋਈ ਜਾਣ ਪਛਾਣ ਨਹੀਂ ਸੀ ਆਮ ਆਪਣੇ ਪੰਜਾਬ ਦੇ ਲੋਕ ਕੈਨੇਡਾ 'ਚ ਮਿਲ ਜਾਂਦੇ ਨੇ ਪਰ ਬੰਬੇ 'ਚ ਨਹੀਂ ਮਿਲਦੇ ਸੋ ਉੱਥੇ ਨਾ ਸਮਾਂ ਵਿਹਲਾ ਬਹੁਤ ਹੁੰਦਾ ਸੀ ਤੁਸੀਂ ਕਿੰਨਾ ਕਿੰਨੀ ਮੀਟਿੰਗਸ ਕਰ ਲਓਗੇ ਤੁਹਾਨੂੰ ਜਦੋਂ ਕੋਈ ਸ਼ਹਿਰ ਜਾਣਦਾ ਹੀ ਹੈ ਤੁਸੀਂ ਵਿਹਲੇ ਬਹੁਤ ਹੁੰਦੇ ਸੀ ਮੈਨੂੰ ਵੀ ਅਲਾਦਾ ਹੁੰਦਾ ਸੀ ਮੈਂ ਕਹਾਂ ਯਾਰ ਮੇਰਾ ਇਕੋ ਸਾਰੇ ਕਹਿੰਦਾ ਤੁਸੀਂ ਬਈ ਇਹੀ ਜ਼ਿੰਦਗੀ ਦਾ ਕੀਮਤੀ ਸਮਾਂ ਆਫ ਦਾ ਕੈਰੀਅਰ ਬਣਾਉਣ ਦਾ ਤੇ ਉਹ ਵਿਲੇਆਂ ਚ ਗੁਜ਼ਰ ਰਿਹਾ ਸੀ ਨਾ ਹੀ ਕੋਈ ਇੰਨਾ ਪੈਸਾ ਹੁੰਦਾ ਸੀ ਵੀ ਤੁਸੀਂ ਆਇਆਸ਼ੀ ਕਰੋ ਉਧਰ ਤਾਂ ਤੁਸੀਂ ਸੋਚ ਨਹੀਂ ਸਕਦੇ ਹੁੰਦੇ ਜਦੋਂ ਤੁਹਾਡਾ ਕੈਰੀਅਰ ਬਣਿਆ ਨਹੀਂ ਹੁੰਦਾ ਤੇ ਘਰੋਂ ਵੀ ਵੈਸੇ ਮੰਗਣੋਂ ਜ਼ਿਆਦਾ ਜੀ ਨਹੀਂ ਕਰਦਾ ਹੁੰਦਾ ਸੀ ਸੋ ਬੇਸਿਕਲੀ ਵਿਲੇ ਹੀ ਹੁੰਦੇ ਸੀ ਤੇ ਕਿਤਾਬਾਂ ਦੇ ਹੀ ਸਾਥ ਹੁੰਦਾ ਸੀ ਅੱਛਾ ਸੋ ਤਿੰਨ ਚਾਰ ਸਾਲ ਇਹੀ ਚੱਲਦਾ ਰਿਹਾ ਤੇ ਤਿੰਨ ਚਾਰ ਸਾਲ ਮੈਂ ਕਿਤਾਬਾਂ ਹੀ ਪੜਦਾ ਰਿਹਾ ਤੇ ਐਨਾ ਪੜਦਾ ਰਿਹਾ ਐਨਾ ਵੱਲਦਾ ਰਿਹਾ ਕਿ ਆ ਸ਼ਾਇਦ ਮੈਂ ਜਿਹੜੇ ਸਾਰੇ ਕਹਿੰਦੇ ਕਿ ਵਧੀਆ ਰਾਈਟਰ ਬਣ ਗਿਆ ਤਾਂ ਸ਼ਾਇਦ ਇਸੇ ਲਈ ਬਣ ਗਿਆ ਕਿਉਂਕਿ ਮੈਂ ਤੁਹਾਨੂੰ ਦੱਸਦਾ ਨਾਰਮਲੀ ਮੈਂ ਬੁੱਕਸ ਪੜਦਾ ਹੁੰਦਾ ਸੀਗਾ ਮੈਨੂੰ ਫਿਲਾਸਫੀ ਸਾਈਕੋਲੋਜੀ ਅੱਛਾ ਹਨਾ ਸਪਿਰਚੁਅਲ ਸਾਈਕੋਲੋਜੀ ਫਿਲਾਸਫੀ ਹਿਸਟਰੀ ਇਹ ਸਾਰਾ ਪੜਨ ਦਾ ਸ਼ੌਕ ਆ ਅਨ ਨਾਲ ਮੈਂ ਇੱਕ ਜ਼ਿਕਰ ਜ਼ਰੂਰ ਕਰੂੰਗਾ ਮੁੰਸੀ ਪ੍ਰੇਮ ਜੰਦੀਆਂ સ્ટોਰੀਜ਼ ਪੜਦਾ ਹੁੰਦਾ ਸੀ ਉਹ સ્ટોਰੀਜ਼ ਸ਼ਾਇਦ ਉਹ ਬੰਦਾ ਜਿਵੇਂ ਤੁਸੀਂ ਮੈਨੂੰ ਕਹਿੰਦੇ ਮੇਰੀਆਂ ਕਹਾਣੀਆਂ ਸਾਦਾ ਹੁੰਦੇ ਨੇ ਉਹਦੀਆਂ ਮੇਰੇ ਤੋਂ ਵੀ ਜ਼ਿਆਦਾ ਸਾਦਾ ਹੁੰਦੀਆਂ ਨੇ ਮੇਰੇ ਤੋਂ ਮਤਲਬ ਮੈਰਾ ਤਾਂ ਉਹਨਾਂ ਨਾਲ ਮੁਕਾਬਲਾ ਹੀ ਨਹੀਂ ਸੋ ਕਿਤੇ ਨਾ ਕਿਤੇ ਉਹਨਾਂ ਦਾ ਕਲਰ ਹੈ ਮੇਰੀ ਰਾਈਟਿੰਗ ਦੇ ਵਿੱਚ ਮੇਰੇ ਸੰਵਾਦ ਡਾਇਲੌਗਸ ਦੇ ਵਿੱਚ ਵੀ ਤੇ ਕਹਾਣੀਆਂ ਦੇ ਵਿੱਚ ਵੀ ਉਹਨਾਂ ਦਾ ਕਲਰ ਹੈ ਬਾਕੀ ਜਿਹੜੀਆਂ ਮੈਂ ਫਲਸਫੀ ਸਾਈਕੋਲੋਜੀ ਪੜਦਾ ਰਹਿਣਾ ਉਹ ਜ਼ਰੂਰ ਹੈ ਕਿਉਂਕਿ ਮੈਂ ਹਮੇਸ਼ਾ ਕਿਉਂਕਿ ਮੇਰੀ ਫਿਲਮ ਦੇ ਵਿੱਚ ਜਿਹੜਾ ਡਾਇਲੋਗ ਜਿਹੜਾ ਮੇਰਾ ਕੈਰੈਕਟਰ ਦੱਸ ਦਿੰਦਾ ਕਿ ਮੈਂ ਇੰਨਾ ਕੀ ਬੋਲ ਸਕਦਾ ਇਤੋਂ ਜ਼ਿਆਦਾ ਨਹੀਂ ਬੋਲ ਸਕਦਾ ਉਹ ਹਮੇਸ਼ਾ ਇੱਕ ਕੈਰੈਕਟਰ ਪਹਿਲਾਂ ਸੋਚਿਆ ਹੁੰਦਾ ਕਿ ਪੱਕਾ ਦਾ ਗਰਦਾਰ ਆਹਾ ਪੱਕੋ ਇਸ ਕਿਰਦਾਰ ਤੋਂ ਬਾਹਰ ਕਦੇ ਨਹੀਂ ਜਾਊਗਾ ਪੱਕੋ ਇੰਨਾ ਕੀ ਬੋਲ ਪਾਉਂਦੀ ਆ ਸੋ ਸਾਈਕੋਲੋਜੀ ਪੜਨ ਕਰਕੇ ਉਹ ਹੋ ਗਿਆ ਸਪਿਰਚੁਅਲ ਬੁੱਕਸ ਪੜਨ ਕਰਕੇ ਇਹ ਫਾਇਦਾ ਹੋ ਗਿਆ ਕਿ ਉਹ ਗੱਲ ਨਾ ਸਪਿਰਚੁਅਲ ਗੱਲ ਕਰਦਾ ਕੋਈ ਕੋਈ ਆ ਪਰ ਜਿਹੜਾ ਕਰਦਾ ਉਹ ਵਧੀਆ ਸਾਰਿਆਂ ਨੂੰ ਲੱਗਦਾ ਹਾਂ ਜੀ ਸੋ ਉਹ ਫਾਇਦਾ ਜ਼ਰੂਰ ਹੋ ਗਿਆ ਉਹ ਮੇਰੀ ਫਿਲਮਾਂ ਜੀ ਆਫ ਦਾ ਰੀਡੂਚੋਂ ਕਹਾ ਰਿਹਾ ਹੈ ਕਿਤਾਬਾਂ ਦੀ ਗੱਲ ਹੋਈ ਆ ਲੇਖਕ ਬਣਨ ਲਈ ਜਾਂ ਫਿਰ ਫਿਲਮ ਦੀ ਕੋਈ ਕਹਾਣੀ ਲਿਖਣ ਦੇ ਲਈ ਜਿਵੇਂ ਆਪਾਂ ਕਹਿੰਦੇ ਹੁੰਦੇ ਨੇ ਅਗਰ ਤੁਸੀਂ ਕਹਾਣੀ ਲਿਖਣੀ ਆ ਤਾਂ ਤੁਸੀਂ ਸਿਰਫ ਕਹਾਣੀ ਵਾਲੀਆਂ ਕਿਤਾਬਾਂ ਪੜੋ ਇੱਕ ਕਹਾਣੀਕਾਰ ਨੂੰ ਕਿੱਕੀ ਕਿੱਕ ਪੜ੍ਹਨਾ ਚਾਹੀਦਾ ਵਾ ਸਿਰਫ ਕਹਾਣੀਆਂ ਜਾਂ ਫਿਰ ਨਹੀਂ ਕੁਝ ਹੋਰ ਨਹੀਂ ਜ਼ਿੰਦਗੀ ਵਰਨੀ ਜ਼ਰੂਰੀ ਹੈ ਮੈਂ ਲਿਟਰੇਚਰ ਨਹੀਂ ਪੜਦਾ ਮੈਨੂੰ ਜਦੋਂ ਮੈਂ ਲਿਟਰੇਚਰ ਪੜਨ ਲੱਗਦਾ ਮੈਂ ਸੋਚਦਾ ਯਾਰ ਕਿਉਂ ਉਹਦਾ ਸਮਾਂ ਬਰਬਾਦ ਕਰ ਰਿਹਾ ਮੈਂ ਹੋਰ ਕਿਤਾਬਾਂ ਪੜਦਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਅ ਜਿਵੇਂ ਅੱਜਕੱਲ ਮੈਂ ਗੁਰਬਾਣੀ ਦਾ ਉਹ ਵਿਆਖਿਆ ਪੜਦਾ ਠੀਕ ਹੈ ਓਸ਼ੋ ਨੂੰ ਵੀ ਪੜ ਲੈਂਦਾ ਸਤਿਗੁਰੂ ਦੇ ਲੈਕਚਰ ਸੁਣਦਾ ਹੁੰਦਾ ਅ ਆਟੋ ਬਾਇਓਗ੍ਰਾਫੀ ਆਫ ਅ ਯੋਗੀ ਇੱਕ ਬੁੱਕ ਉਹ ਪੜਦਾ ਹੁੰਦਾ ਮੈਨੂੰ ਇਹ ਲੱਗਦਾ ਕਿ ਮੈਂ ਕਿਉਂ ਕਲਪਨਾ ਆਂਦੀਆਂ ਚੀਜ਼ਾਂ ਪੜ ਕੇ ਉਹਦਾ ਸਮਾਂ ਵਿਅਰਥ ਕਰਾਂ ਮੈਂ ਸੈल्फ ਰਾਈਟਰ ਥੋੜੀ ਆ ਮੈਂ ਰਾਈਟਰ ਤੋਂ ਅੱਗੇ ਵੀ ਬਹੁਤ ਕੁਛ ਆ ਇੱਕ ਇਨਸਾਨ ਆ ਸੋ ਮੈਂ ਹਮੇਸ਼ਾ ਆਪ ਦੇ ਆਪ ਨੂੰ ਇੰਪਰੂਵ ਕਰਦਾ ਐਜ਼ ਅ ਸੂਲ ਐਜ਼ ਅ ਹਿਊਮਨ ਬੀਇੰਗ ਐਜ਼ ਅ ਮਾਈਂਡ ਇਹੇ ਤਾਂ ਮੇਰਾ ਮੈਮ ਇੱਕ ਦਾਣਾ ਬਾਣੀ ਆ ਜੀ ਉਹ ਮੈਂ ਪੂਰਾ ਕਰ ਰਿਹਾ ਉਹ ਮੈਂ ਚੁਗ ਰਿਹਾ ਆ ਜੀ ਦਾਣਾ ਪਾਣੀ ਦਾ ਬਹੁਤ ਹੀ ਖੂਬਸੂਰਤ ਲਾਈਨ ਆ ਕਿ ਦਾਣਾ ਪਾਣੀ ਖਿੱਚ ਕੇ ਲਿਆਉਂਦਾ ਕੋਣ ਕਿਸੇ ਦਾ ਖਾਵੇ ਦਾਣਾ ਪਾਣੀ ਤਰਨਵੀਰ ਜਗਪਾਲ ਹੋਰ ਨੇ ਫਿਲਮ ਡਾਇਰੈਕਟ ਕੀਤੀ ਤੇ ਉਹਨਾਂ ਦੇ ਨਾਲ ਤੁਸੀਂ ਰੱਬ ਦਾ ਰੇਡੀਓ ਦੇ ਵਿੱਚ ਪਹਿਲਾਂ ਕੰਮ ਕਰ ਚੁੱਕੇ ਹੋ ਹਨ ਤੇ ਉਹਨਾਂ ਦੇ ਨਾਲ ਕਿਉਂਕਿ ਮੈਂ ਤੁਹਾਡੀ ਇੰਟਰਵਿਊਜ਼ ਦੇ ਵਿੱਚ ਵੀ ਸੁਣਿਆ ਕਿ ਤੁਹਾਡੀ ਆਪਸ ਟਿਊਨਿੰਗ ਬਹੁਤ ਚੰਗੀ ਹੈ ਹਨਾ ਕਿਹੜੀ ਖਾਸ ਗੱਲ ਹੈ ਖਾਸ ਗੱਲ ਇੱਕ ਤਾਂ ਤਰਨ ਬੰਦਾ ਬਹੁਤ ਵਧੀਆ ਪਹਿਲੀ ਖਾਸ ਗੱਲ ਦਾ ਕਿਉਂਕਿ ਇਹ ਕੁਝ ਲੋਕਾਂ ਦੀ ਬਣਦੀ ਹੁੰਦੀ ਹੈ ਖਾਸ ਗੱਲ ਦਾ ਤਾਂ ਕੋਈ ਹੁੰਦੀ ਨਹੀਂ ਇੱਕ ਇਹ ਹੈ ਕਿ ਮੈਂ ਤੇ ਤਰਨ ਅਸਿਸਟੈਂਟ ਰਹੇ ਹਾਂ ਨਵਨੀਤ ਸਿੰਘ ਡਾਇਰੈਕਟਰ ਨੇ ਜਿਹੜੇ ਉਹਨਾਂ ਦੇ ਅਸਿਸਟੈਂਟ ਰਹੇ ਹਾਂ ਅਸੀਂ ਸਿੰਘ ਵਰਸਸ ਕੋਰ ਦੇ ਵਿੱਚ ਅਸਿਸਟੈਂਟ ਸੀਗੇ ਫਿਰ ਇੱਕ ਫਿਲਮ ਆਈ ਸੀਗੀ ਰੰਗੀਲੇ ਜਿਵੇਂ ਸ਼ਿਰ ਜੀ ਅਸੀਂ ਉਹਦੇ ਚ ਅਸਿਸਟੈਂਟ ਸੀ ਮਤਲਬ ਅੱਜ ਅਸੀਂ ਦੋਨੋਂ ਅਸਿਸਟੈਂਟ ਸੀ ਅੱਜ ਅਸੀਂ ਜਿੰਮੀ ਸਰ ਨੂੰ ਡਾਇਰੈਕਟ ਕਰ ਰਹੇ ਹਾਂ ਤੇ ਫਿਰ ਇਹ ਦੋ ਫਿਲਮਾਂ ਸੀਗੇ ਫਿਰ ਇੱਕ ਦੋ ਫਿਲਮਾਂ ਸੀਗੀਆਂ ਉਹਨਾਂ 'ਚ ਮਾੜਾ ਮੋਟਾ ਕੰਮ ਸੀਗਾ ਜਿਵੇਂ ਇਸ਼ਕ ਕਰਾਰੀ ਇੱਕ ਫਿਲਮ ਸੀ ਉਹ 'ਚ ਮੈਂ ਡਾਇਲੌਗ ਲਿਖੇ ਸੀ ਤਰਨ ਅਸਿਸਟੈਂਟ ਸੀਗਾ ਸੋ ਅਸੀਂ ਉਦੋਂ ਦੀਆਂ ਗੱਲਾਂ ਨੇ ਉਦੋਂ ਕੰਮਾ ਹੋਟਲ ਨਵਾ ਨਵਾ ਚੱਲਿਆ ਸੀ ਬਸ ਫਿਲਮਾਂ ਚੱਲਦੀਆਂ ਰਹਿੰਦੀ ਸੀ ਅਸੀਂ ਇੱਥੇ ਹੁੰਦੇ ਸੀਗੇ ਤੇ ਇਕੱਠੇ ਸੀਗੇ ਦੋ ਤਿੰਨ ਸਾਲ ਤੋਂ ਇਕੱਠੇ ਸੀ ਮੈਨੂੰ ਯਾਦ ਆ ਮੈਂ ਸਿੰਘ ਵਰਸਸ ਗੋਦਰ ਇੱਕ ਡਾਇਲੋਗ ਲਿਖਿਆ ਜੋ ਫਿਲਮ ਚ ਨਹੀਂ ਪਿਆ ਮਤਲਬ ਇੱਕ ਸੀਨ ਲਿਖਿਆ ਨਹੀਂ ਪਿਆ ਮਗਰਦਰਨ ਸੀਨ ਬਹੁਤ ਵਧੀਆ ਸੀ ਯਾ ਨਹੀਂ ਉਹ ਕਹਿੰਦਾ ਬਈ ਆਪਾਂ ਆਪ ਹੀ ਐਕਟਿੰਗ ਕਰ ਲੈਨੇ ਆ ਤੇ ਮੈਂ ਐਡਿਟ ਕਰਦਾ ਜੀ ਉੱਥੋਂ ਸਾਡੀ ਡਾਇਰੈਕਸ਼ਨ ਦਾ ਪਹਿਲਾ ਉਹ ਸੀਨ ਤੋਂ ਉਹਨਾਂ ਨੇ ਐਕਟ ਕਰਕੇ ਐਡਿਟ ਕੀਤਾ ਬੜਾ ਸੋਹਣਾ ਸੀਨ ਬਣਿਆ ਕੁਸ਼ਲ ਹੁਣ ਵੀ ਤਰਨ ਦੇ ਲੈਪਟਾਪ ਚ ਪਿਆ ਹੋਣਾ ਉੱਥੋਂ ਸਾਡਾ ਪਹਿਲਾ ਸਟਾਰਟਿੰਗ ਹੋਈ ਡਾਇਰੈਕਸ਼ਨ ਦੀ ਫੇਰ ਮੈਂ ਮੇਰੀ ਜਟ ਜੇਮਸ ਬੌਂਡ ਆ ਗਈ ਤਰਨ ਉਦੋਂ ਵੀ ਹਲੇ ਅਸਿਸਟੈਂਟ ਹੀ ਸੀਗਾ ਤੇ ਮੈਨੂੰ ਮੈਂ ਤਰਨ ਨੂੰ ਦੱਸਿਆ ਜੀ ਤਰਨ ਜਦੋਂ ਸਮਾਂ ਆਇਆ ਮੂਵੀ ਤੇਰੇ ਨਾਲ ਹੀ ਕਰਨੀ ਹੈ ਫਿਰ ਰੱਬ ਦਾ ਰੇਡੀਓ ਚ ਆ ਗਿਆ ਸੀਨ ਜੀ ਦਾਣਾ ਪਣੀ ਦਾ ਜਦੋਂ ਟ੍ਰੇਲਰ ਲਾਂਚ ਹੋਇਆ ਤਾਂ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਸਵਾਲ ਉੱਠੇ ਸੀਗੇ ਤੇ ਆਮ ਲੋਕਾਂ 'ਚ ਵਿੱਚ ਇਹ ਕਿਆ ਸਰਾਈਆਂ ਨਹਿਗੀਆਂ ਵੀ ਹੁਣ ਜਿਹੜੀਆਂ ਹੁਣ ਫੌਜ ਦੀ ਫਿਲਮਾਂ ਬਣਨੀ ਸ਼ੁਰੂ ਹੋ ਗਈਆਂ ਹੁਣ ਲੋਕੀ ਫੌਜੀਆਂ ਨੂੰ ਹੀ ਦਿਖਾਉਣ ਲੱਗ ਗਏ ਨੇ ਹੈਨਾ ਪਰ ਲੇਖਕ ਕੇਸਵਰ ਇਹ ਸਭ ਤੋਂ ਵਧੀਆ ਜਵਾਬ ਦੇ ਸਕਦਾ ਕਿ ਇਹ ਫਿਲਮ ਹੈ ਕੀ ਅਸਲ ਦੇ ਵਿੱਚ ਪਤਾ ਕੀ ਜਦੋਂ ਮੈਂ ਦਾਣਾ ਪਣੀ ਦੀ ਕਹਾਣੀ ਸੋਚੀ ਸੀ ਜਦੋਂ ਅਸੀਂ ਫਿਲਮ ਆਨ ਬਾਰੇ ਸੋਚਿਆ ਸੀ ਮੈਨੂੰ ਨਹੀਂ ਸੀ ਪਤਾ ਕਿ ਫੌਜੀਆਂ ਬਾਰੇ ਵੀ ਫਿਲਮਾਂ ਬਣ ਰਹੀਆਂ ਨੇ ਨਾ ਹੀ ਉਹਨਾਂ ਨੂੰ ਪਤਾ ਸੀ ਕਿ ਮੈਂ ਫੌਜੀਆਂ ਬਾਰੇ ਫਿਲਮਾਂ ਬਣਾ ਰਿਹਾ ਇਹ ਇੱਕ ਇਤਫਾਕ ਹੈ ਇਤਫਾਕ ਹੈ ਨਾ ਕਿ ਤਿੰਨ ਫਿਲਮਾਂ ਫੌਜੀਆਂ ਬਾਰੇ ਆਈਆਂ ਲੇਕਿਨ ਸਾਡੀ ਕਹਾਣੀ ਜੰਗ ਦੀ ਕਹਾਣੀ ਨਹੀਂ ਹੈਗੀ ਸਾਡੀ ਕਹਾਣੀ ਜੰਗ ਦੇ ਆਫਟਰ ਇਫੈਕਟਸ ਦੀ ਕਹਾਣੀ ਹੈ ਸਾਡੀ ਜਿਹੜੀ ਹਿੰਦ ਚੀਨ ਦੀ ਜੰਗ ਹੋਈ ਸੀਗੀ ਉਸ ਜੰਗ ਦਾ ਪੰਜਾਬ ਦੇ ਜਨ ਜੀਵਨ ਤੇ ਕੀ ਅਸਰ ਹੋਇਆ ਉਸ ਦੀ ਗਾਣੀ ਇਹ ਕਹਾਣੀ ਹੋਈ ਸੀ ਫਿਲਮ ਦੀ ਜਿੰਨੀਆਂ ਵੀ ਤੁਹਾਡੀਆਂ ਫਿਲਮਾਂ ਰਹੀਆਂ ਨੇਗੇ ਮੈਂ ਕੁਝ ਫਿਲਮਾਂ ਜਿਹੜੀਆਂ ਤੁਹਾਡੀਆਂ ਜੈਟ ਜੇਮਸ ਬੌਂਡ ਇਹ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਨਵਾਂ ਮੋਡ ਸੀਗਾ ਬਹੁਤ ਸੋਹਣੀ ਫਿਲਮ ਸੀਗੀ ਹਨਾ ਇਹਦੇ ਵਿੱਚ ਇਮੋਸ਼ਨ ਸੀਗੇ ਜਿਹਦੇ ਨਾਲ ਲੋਕੀ ਬਹੁਤ ਜ਼ਿਆਦਾ ਜੁੜੇ ਨੇਗੇ ਉਸ ਤੋਂ ਬਾਅਦ ਬੰਬੂ ਕਾਰਟ ਵੀ ਜਿਹੜੀ ਤੁਹਾਡੀ ਸੀਗੀ ਫੁੱਲ ਆਫ ਇਮੋਸ਼ਨ ਫਿਲਮ ਸੀਗੀ ਤੇ ਉਹਦੇ ਨਾਲ ਵੀ ਲੋਕੀ ਬੜਾ ਜੁੜੇ ਨੇਗੇ ਫਰਾਰ ਸਭ ਬਹਾਦਰ ਅਤੇ ਬਾਇਲਾਰਸ ਇਹ ਮੈਂ ਤਿੰਨ ਫਿਲਮਾਂ ਦੀ ਜ਼ਰੂਰ ਗੱਲ ਕਰਨਾ ਚਾਹੂੰਗੀ ਜਿਨੂੰ ਨਾ ਤਾਂ ਇੰਨਾ ਚੰਗਾ ਹੁੰੰਗਾਰਾ ਮਿਲਿਆ ਨਾ ਤਾਂ ਬਾਕਸ ਆਫਿਸ ਤੇ ਮਿਲਿਆ ਅਤੇ ਨਾ ਹੀ ਲੋਕਾਂ ਨੇ ਜ਼ਿਆਦਾ ਪਸੰਦ ਕੀਤਾ ਤੇ ਕਈ ਲੋਕਾਂ ਨੇ ਇਹ ਵੀ ਕਿਹਾ ਕਿ ਜੱਸ ਗਰੇਵਾਲ ਦਾ ਰੰਗ ਨਹੀਂ ਹੈ ਇਹ ਫਿਲਮਾਂ ਇਹ ਕਿਦਾਂ ਹੋ ਗਿਆ ਅ ਕਰੇਗਲ ਨੂੰ ਸੋਣੀ ਲਗੀ ਲੋਕਾਂ ਨੇ ਕਿ ਜੱਸ ਗਰੇਵਾਲ ਦਾ ਰੰਗ ਨਹੀਂ ਉਹ ਮੈਨੂੰ ਏਟਲੀਸਟ ਇੱਕ ਰੰਗਕਾਰ ਤਾਂ ਮੰਨਦੇ ਨੇ ਮੈਂ ਨਾ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਖਿਡਾਰੀ ਜਿੱਤ ਵੀ ਜਾਂਦੇ ਨੇ ਖਿਡਾਰੀ ਹਾਰ ਵੀ ਜਾਂਦੇ ਨੇ ਦੂਜੀ ਗੱਲ ਇਹ ਆ ਕਿ ਇੱਕ ਨਾ ਕਿਤੇ ਕੋਟ ਪੜਿਆ ਸੀ ਪਛੇ ਜੇ ਬਹੁਤ ਸੋਹਣਾ ਸੀ ਇਸ ਤੁਹਾਡੇ ਕੁਐਸਚਨ ਦਾ ਆਨਸਰ ਸੀ ਉਹ ਕਹਿੰਦਾ ਐਵਰੀ ਬ੍ਰਿਲਇੰਟ ਆਈਡੀਆ ਇਜ਼ ਔਨ ਦਾ ਐਜ ਆਫ ਸਟੇਬਿਲਿਟੀ ਠੀਕ ਹੈ ਤਾਂ ਹਰ ਬ੍ਰਿਲਇੰਟ ਆਈਡੀਆ ਸਟੂਪਿਡ ਹੋਣ ਦੇ ਆ ਨੇੜੇ ਹੀ ਹੁੰਦਾ ਮੈਨੂੰ ਯਾਦ ਆ ਮੈਂ ਇੱਕ ਦੋਸਤ ਨੂੰ ਬੰਬੂਗਾਰਡ ਜਦੋਂ ਪਹਿਲੀ ਵਾਰ ਸੁਣਾਈ ਸੀ ਉਹ ਮੈਨੂੰ ਕਹਿੰਦਾ ਬਕਵਾਸ ਕਹਿੰਦਾ ਯਰੇ ਕੋਈ ਫਿਲਮ ਹੋਈ ਠੀਕ ਹੈ ਤੇ ਅਸਲ ਦੇ ਵਿੱਚ ਉਹੀ ਮੈਂ ਕਹਿੰਨਾ ਕਿ ਮੇਰੀਆਂ ਫਿਲਮਾਂ ਨਾ ਬਹੁਤ ਐਜ ਤੇ ਬਣਦੀਆਂ ਨੇ ਤੋੜੀ ਜਿਹੀ ਗਲਤੀ ਹੋਈ ਤੇ ਫਿਲਮ ਗਿਰ ਸਕਦੀ ਹੈ ਉੱਥੇ ਸ਼ਾਇਦ ਥੋੜੀਆਂ-ਥੋੜੀਆਂ ਗਲਤੀਆਂ ਹੋਗੀਆਂ ਸੀ ਦੇਖੋ ਫਰਾਰ ਬਾਰੇ ਮੈਂ ਪਹਿਲਾਂ ਗੱਲ ਗਿਆ ਨਾ ਮੈਂ ਫਰਾਰ ਦੇ ਸੈੱਟ ਤੇ ਨਹੀਂ ਸੀ ਅੱਛਾ ਫਰਾਰ ਅਮਰੀਕਾ 'ਚ ਸ਼ੂਟ ਹੋਈ ਆ ਮੇਰਾ ਅਮਰੀਕਾ ਦਾ ਵੀਜ਼ਾ ਨਹੀਂ ਲੱਗਿਆ ਸੀ ਉਦੋਂ ਮੈਂ ਫਰਾਰ ਦੇ ਸੈੱਟ ਤੇ ਨਹੀਂ ਸੀ ਮੇਰੀ ਤਸੱਲੀ ਦੀ ਫਿਲਮ ਉਦੋਂ ਹੀ ਹੁੰਦੀ ਆ ਜਦੋਂ ਮੈਂ ਸੈੱਟ ਤੇ ਡਾਇਰੈਕਟਰ ਦੇ ਨਾਲ ਖੜਾ ਹੁੰਨਾ ਮੈਂ ਐਡੀਟਿੰਗ 'ਚ ਵੀ ਬੈਨਾ ਮੈਂ ਡਬਿੰਗ ਵੀ ਨਾਲ ਬੈਠ ਕੇ ਕਰਵਾਉਣਾ ਹਨਾ ਤੁਸੀਂ ਦੇਖੋਗੇ ਮੇਰੇ ਸਾਰੇ ਕਿਰਦਾਰ ਮਲਵਈ ਹੁੰਦੇ ਨੇ ਹੂੰ ਮਲਵਈ ਮੇਰੇ ਇਲਾਕੇ ਦੀ ਕਿਰਦਾਰ ਹੁੰਦੇ ਨੇ ਅਕਸਰ ਲੋਕ ਮੈਨੂੰ ਕਹਿੰਦੇ ਨੇ ਤੂੰ ਆਪਦੇ ਸ਼ਹਿਰ ਦਾ ਨਾਮ ਨਾਬੇਦਲ ਵਿੱਚ ਬਹੁਤ ਜ਼ਰੂਰ ਲਿਖਿਆ ਨਾ ਕਿਉਂਕਿ ਮੈਂ ਤਾਂ ਉੱਥੇ ਦੀਆਂ ਗੱਲਾਂ ਕਰੂ ਨਾ ਜਿੱਥੇ ਦੀਆਂ ਮੈਂ ਦੇ ਸੁਣੀਆਂ ਨੇ ਜੀ ਜੀ ਸੋ ਫਰਾਰ ਮੇਰੇ ਮੇਰਾ ਫਰਾਰ ਚ ਮੈਂ ਨਾਲ ਨਹੀਂ ਸੀ ਠੀਕ ਹੈ ਇਹ ਸੀ ਸਭ ਬਹਾਦਰ ਤੇ ਆਉਣਾ ਮੈਮ ਸਭ ਬਹਾਦਰ ਚਲੋ ਬੁਰੀ ਤਰ੍ਹਾਂ ਫਲਾਪ ਤਾਂ ਨਹੀਂ ਹੋਈ ਠੀਕ ਰਹਿ ਗਈ ਪਰ ਤੁਸੀਂ ਇੱਕ ਗੱਲ ਤਾਂ ਦੇਖੋ ਨਾ ਜਿਵੇਂ ਉਸ ਫਿਲਮ ਦੇ ਵੀ ਕਿਰਦਾਰ ਅਤੇ ਕਹਾਣੀ ਸਮਿਟੀ ਨਹੀਂ ਚੰਗੀ ਤਰ੍ਹਾਂ ਬਣਾਂ ਸਮਿਟੀ ਨਹੀਂ ਉਹ ਚੀਜ਼ ਇੱਕ ਗੱਲ ਤਾਂ ਦੇਖੋ ਇੱਕ ਗੱਲ ਜੋ ਚੰਗੀ ਆ ਕਿ ਸ਼ਾਇਦ ਪੰਜਾਬੀ ਸਿਨੇਮਾ ਦੀ ਹਿਸਟਰੀ ਚ ਪਹਿਲੀ ਵਾਰ ਕਿਸੇ ਨੇ ਸਸਪੈਂਸ ਥ੍ਰਿਲਰ ਸੀਗੀ ਸਸਪੈਂਸ ਫਿਲਮ ਬਣਾਈ ਤੇ ਮੈਂ ਇਹ ਵੀ ਚਾਹੁੰਦਾ ਸੀ ਕਿ ਸਸਪੈਂਸ ਫਿਲਮ ਹੋਵੇ ਪਿੰਡਾਂ ਦੇ ਰੰਗਾਂ ਦੇ ਵਿੱਚ ਹਨਾ ਆ ਅਗਰ ਮੈਂ ਕੋਈ ਵਜ੍ਹਾ ਦਸੂਗਾ ਉਹਦੇ ਨਾਂ ਚੱਲਣ ਦੀ ਤਾਂ ਉਹ ਬਲੇਮ ਹੋ ਜਾਊਗਾ ਹਨਾ ਮੂੰਹ ਮੇਰੇ ਵੀ ਇੱਕ ਲੱਗਿਆ ਬਾਕੀਆਂ ਦੇ ਵੀ ਕਾ ਮੈਂ ਬੋਲੂਗਾ ਉਹ ਵੀ ਬੋਲਣਗੇ ਹਨਾ 100 ਗੱਲਾਂ ਨੇ ਬਲੇਮ ਹੋ ਜਾਊਗਾ ਪਰ ਸ਼ਾਇਦ ਹਰ ਫਿਲਮ ਦੀ ਕਿਸਮਤ ਹੁੰਦੀ ਹੈ ਮੈਂ ਕੋਈ ਹਿੱਟ ਦੀ ਗਾਰੰਟੀ ਤਾਂ ਹੈ ਨਹੀਂ ਬਿਲਕੁਲ ਠੀਕ ਹੈ ਸਾਬਹਾਦਰ ਮਿਹਨਤ ਮੈਂ ਬਹੁਤ ਕੀਤੀ ਸੀਗੀ ਹਾਂ ਮੈਂ ਸ਼ੁਰੂ ਤੋਂ ਹੀ ਜਾਣਦਾ ਸੀ ਕਿ ਬਈ ਮੇਰੀ ਹਰ ਫਿਲਮ 'ਚ ਮੈਨੂੰ ਪਤਾ ਹੁੰਦਾ ਕਿ ਅੱਜ ਤੇ ਹੀ ਆ ਮਾੜੀ ਜੀ ਗੱਲ ਗੜਬੜ ਹੋ ਗਈ ਤਾਂ gher ਸਕਦੀ ਹੈ ਠੀਕ ਹੈ ਆ ਇਸ ਲਈ ਨਹੀਂ ਚੱਲੀ ਹੁਣ ਗੱਲ ਕਰਦਾ ਬਾਈਡਰਸ ਦੀ ਮੈਂ ਜਿਹੜੇ ਤੱਕ ਜਿੰਨੀਆਂ ਫਿਲਮਾਂ ਲਿਖੀਆਂ ਨੇ ਮੈਨੂੰ ਸਭ ਤੋਂ ਪਿਆਰੀ ਬਾਈ ਲਾਰਸ ਮੈਂ ਤੁਹਾਡੀ ਗੱਲ ਵਿੱਚ ਟੋਕ ਰਹੀ ਹਾਂ ਇਸੇ ਇਸੇ ਬਾਬਤ ਮੇਰੀ ਸ਼ਿਤੇ ਚੌਧਰੀ ਹੁਰਾਂ ਦੇ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੇ ਨੇ ਕਿ ਮੇਰੀ ਅੱਜ ਤੱਕ ਦੀ ਫੇਵਰਿਟ ਫਿਲਮ ਆ ਜਸ ਬਾਈ ਦੀ ਫੇਵਰਿਟ ਫਿਲਮ ਆ ਇਹ ਫਿਲਮ ਨਹੀਂ ਚੱਲੀ ਸ਼ਾਇਦ ਲੋਕਾਂ ਨੂੰ ਬੀਨੂ ਢਿੱਲੋਂ ਦਾ ਜਿਹੜਾ ਰੋਮਾਂਟਿਕ ਐਸਪੈਕਟ ਸੀ ਉਹ ਨਹੀਂ ਪਸੰਦ ਆਇਆ ਤੇ ਬੀਨੂ ਢਿੱਲੋਂ ਉਹਨਾਂ ਦਾ ਕਹਿਣਾ ਹੈ ਕਿ ਉਹ ਫਿਲਮ ਨੂੰ ਜਿਹੜਾ ਟ੍ਰੀਟਮੈਂਟ ਜਾਂ ਫਿਰ ਆਪਾਂ ਕਹਿ ਸਕਦੇ ਆ ਕਿ ਉਹ ਚੰਗੀ ਤਰ੍ਹਾਂ ਦੇ ਨਾਲ ਦਿਖਾਈ ਨਹੀਂ ਜਾ ਸਕੀ ਜਿੰਨੀ ਸੋਹਣੀ ਲਿਖੀ ਹੋਈ ਸੀਗੀ ਤੁਸੀਂ ਕੀ ਮੰਨਦੇ ਹੋ ਬਿੰਨੂ ਭਾਜੀ 11 ਨੇ ਜਿੰਨੀ ਸੋਹਣੀ ਲਿਖੀ ਸੀ ਉਨੀ ਦਿਖਾਈ ਨਹੀਂ ਜਾ ਸਕੀ ਆ ਮੈਂ ਤਾਂ ਇਸ ਗੱਲ ਤੇ ਚੁੱਪ ਹੀ ਰਹੂੰਗਾ ਜੀ ਬਿੰਨੂ ਭਾਜੀ ਵੀ ਮੇਰੇ ਆਪਦੇ ਬੰਦੇ ਨੇ ਸ਼ਿਤਜ ਭਾਜੀ ਵੀ ਆਪਦੇ ਬੰਦੇ ਨੇ ਫਿਲਮ ਦੀ ਕਿਸਮਤ ਹੁੰਦੀ ਆ ਮੇਰੀ ਅੱਜ ਤੱਕ ਦੀ ਸਭ ਤੋਂ ਪਿਆਰੀ ਕਹਾਣੀ ਉਹੀ ਆ ਜੀ ਜੀ ਬਿੰਨੂ ਭਾਜੀ ਦਾ ਸਭ ਤੋਂ ਵਧੀਆ ਕੰਮ ਉਹਦੇ ਵਿੱਚ ਸੀਗਾ ਬ੍ਰਿਲਿਅੰਟ ਸੀ ਮੈਂ ਬਹੁਤ ਵੱਡਾ ਫੈਨ ਹਾਂ ਮੈਨੂੰ ਢਲਾਂਦਾ ਤੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਪ੍ਰਾਚੀ ਦਾ ਬਹੁਤ ਸੋਹਣਾ ਕੰਮ ਸੀ ਨਹੀਂ ਚਲੀ ਉਸ ਫਿਲਮ ਦੀ ਕਿਸਮਤ ਸੀਗੀ ਹੁਣ ਮੈਂ ਇਹ ਕਹਾਂ ਕਿ ਬਈ ਫਿਲਮ ਮੇਰਾ ਤਾਂ ਹੁਣ ਵੀ ਜੀ ਕਰਦਾ ਕਿ ਯਾਰ ਮੈਂ ਦੁਬਾਰਾ ਫਿਲਮ ਬਣਾਵਾਂ ਹਾਂ ਮੇਰਾ ਕੋਈ ਪਤਾ ਨਹੀਂ ਮੈਂ ਕਦੇ ਨਾ ਕਦੇ ਬਣਾਵ ਹੀ ਦੇਣੀ ਠੀਕ ਹੈ ਮੈਨੂੰ ਫਿਲਮ ਬਹੁਤ ਪਿਆਰੀ ਜੀ ਜੀ ਬਿਲਕੁਲ ਭਾਜੀ ਇੱਕ ਤੁਸੀਂ ਖੁਦ ਫਿਲਮ ਇੰਡਸਟਰੀ ਦੇ ਨਾਲ ਜੁੜੇ ਹੋਏ ਹੋ ਤੁਸੀਂ ਇੱਕ ਰਾਈਟਰ ਹੋ ਤੁਹਾਨੂੰ ਪਤਾ ਹੈ ਕਿ ਫਿਲਮ ਖੜੀ ਕਰਨ ਲੱਗਿਆਂ ਕਈ ਵਾਰ ਸਾਲ ਵੀ ਲੱਗ ਜਾਂਦਾ 6 ਮਹੀਨੇ ਵੀ ਲੱਗ ਜਾਂਦੇ ਨੇ ਕਿ ਹਨਾ ਤੇ ਸਾਡੇ ਅਰਗੇਟੜੇ ਉਹ 3 ਘੰਟਿਆਂ ਦੇ ਵਿੱਚ ਜਾਂ 2.5 ਘੰਟੇ 2 ਘੰਟਿਆਂ ਦੀ ਫਿਲਮ ਰਹਿ ਗਈ ਹੁਣ ਤਾਂ ਮੈਕਸਿਮਮ ਪੰਜਾਬੀ ਲੋਕਾਂ ਨੇ ਚ ਦੇਖ ਕੇ ਕੀ ਕਹਦੇ ਨੇ ਵੀ ਐਵੇਂ ਬਕਵਾਸ ਫਿਲਮ ਸੀਗੀ ਹਨਾ ਤੇ ਤੁਹਾਡੇ ਕਈ ਇੰਟਰਵਿਊਸ ਦੇ ਵਿੱਚ ਵੀ ਮੈਂ ਸੁਣਿਆ ਜਿੱਤੇ ਤੁਸੀਂ ਕਈ ਪੰਜਾਬੀ ਫਿਲਮਾਂ ਨੂੰ ਕਿਹਾ ਉੱਥੇ ਬਕਵਾਸ ਦੀ ਪੰਜਾਬੀ ਫ ਰਿਸੀ ਕੀ ਕੰਧ ਤੇ ਉਹਦੇ ਪੋਸਟਰ ਲੱਗੇ ਹੋਏ ਸੀਗੇ ਤੇ ਹਿੰਦੀ ਫਿਲਮਾਂ ਜਿਹੜੀਆਂ ਹਾਊਸਫੁੱਲ ਹਾਂ ਜੀ ਕਿ ਹਾਊਸਫੁੱਲ ਆ ਜਿਹੜੀ ਬੜੀ ਬਕਵਾਸ ਅੱਜ ਤੱਕ ਦੀ ਸਭ ਤੋਂ ਬਕਵਾਸ ਫਿਲਮ ਆ ਤੁਹਾਨੂੰ ਲੱਗਦਾ ਕਿ ਰਾਈਟਰ ਨੂੰ ਇਹ ਗੱਲ ਕਹਿਣੀ ਚਾਹੀਦੀ ਜਦਕਿ ਤੁਸੀਂ ਖੁਦ ਇੱਕ ਰਾਈਟਰ ਹੋ ਦੇਖੋ ਆ ਰੋੜੇ ਵਾਲੀ ਗੱਲ ਤਾਂ ਮੈਨੂੰ ਯਾਦ ਨਹੀਂ ਆ ਰਹੀ ਮੈਨੂੰ ਥੋੜਾ ਜਿੰਗੀ ਤਰ੍ਹਾਂ ਯਾਦ ਕਰਾਓ ਮੈਂ ਦੱਸ ਦਿੰਦਾ ਇਹ ਸੀਗਾ ਕਿ ਇੱਕ ਸ਼ਾਇਦ ਤੁਹਾਡੇ ਨਾਲ ਕੁਝ ਦੋਸਤ ਹੋਣੇ ਨੇਗੇ ਤੇ ਖਾਦੀ ਪੀਤੀ ਤੋਂ ਦੇ ਵਿੱਚ ਕਿਸੇ ਇੱਕ ਥੀਏਟਰ ਦੇ ਬਾਹਰ ਫਿਲਮ ਦੇ ਪੋਸਟਰ ਲੱਗੇ ਹੋਏ ਸੀ ਤੁਸੀਂ ਉੱਥੇ ਰੋੜੇ ਮਾਰੇ ਉਦੋਂ ਮੈਂ ਨਾਲ ਉਦੋਂ ਮੈਂ ਡਾਇਰੈਕਟਰ ਨਹੀਂ ਹੁੰਦਾ ਸੀ ਅੱਛਾ ਠੀਕ ਉਦੋਂ ਮੈਂ ਅਸਿਸਟੈਂਟ ਡਾਇਰੈਕਟਰ ਵੀ ਨਹੀਂ ਹੁੰਦਾ ਸੀ ਉਦੋਂ ਮੈਂ ਸਟ੍ਰੈਗਲਰ ਹੁੰਦਾ ਸੀਗਾ ਮੇਰੇ ਦੋਸਤਾਂ ਦਾ ਵਿਆਹ ਸੀ ਸੀ ਡਰਿੰਕ ਕੀਤੀ ਹੋਈ ਸੀ ਆ ਕਾਲਜ ਪਾਸ ਹੋਟ ਆਊਟ ਵੈਨੋਂ ਥੋੜਾ ਜਿਹਾ ਜਦੋਂ ਤੁਸੀਂ ਪੁਰਾਣੇ ਦੋਸਤਾਂ ਨੂੰ ਮਿਲਦੇ ਹੋ ਥੋੜੇ ਸ਼ਰਾਰਤੀ ਹੋਏ ਨੇ ਉਦੋਂ ਰੋੜੇ ਇਸ ਲਈ ਨਹੀਂ ਮਾਰੇ ਸੀ ਫਿਲਮ ਬਗਵਾਸ ਆ ਪਤਾ ਨਹੀਂ ਕਿਉਂ ਮਾਰੇ ਸੀ ਅੱਛਾ ਠੀਕ ਹੈ ਇਸ ਲਈ ਮਾਰੇ ਸੀ ਪਰ ਮੈਨੂੰ ਇਹ ਮੈਂ ਹੈਰਾਨ ਹਾਂ ਕਿ ਮੈਂ ਇੰਟਰਵਿਊ 'ਚ ਕਿਉਂ ਕਿਹਾ ਮੇਰਾ ਥੋੜਾ ਜਿਹਾ ਹੁੰਦਾ ਕਿ ਜੋ ਮੈਂ ਸੱਚ ਕਿਉਂਕਿ ਯਾਰ ਆਪਾਂ ਸਾਰੇ ਹੀ ਬੰਦੇ ਬੁਰੇ ਵੀ ਆ ਸਾਰੇ ਜਿੰਗਾਂ ਜੇ ਮੈਂ ਡਰਿੰਕ ਕਰਦਾ ਤਾਂ ਬਹੁਤ ਲੋਕ ਕਰਦੇ ਹੁਣਾਂ ਨੇ ਮੈਨੂੰ ਫਿਰ ਬਹੁਤ ਕਰੇ ਕਰੇ ਕਰਦਾ ਤੇ ਸੋ ਮੇਰੇ ਜਗਮੀਆਂ ਮੈਂ ਦੱਸ ਦਿਨਾ ਹੁੰਨਾ ਜੋ ਮੈਂ ਕੀਤਾ ਹੁੰਦਾ ਪਰ ਮੈਂ ਕਿਸੇ ਫਿਲਮ ਦੇ ਐਂਟੀ ਹੋ ਕੇ ਨਹੀਂ ਮਾਰੇ ਸੀ ਸ਼ਾਇਦ ਐਵੇਂ ਹੀ ਸ਼ਰਾਰਤ ਸ਼ਰਾਰਤ ਮਾਰਤੇ ਹੋਣਗੇ ਠੀਕ ਹੈ ਕਿਸੇ ਫਿਲਮ ਦੇ ਖਿਲਾਫ ਹੋ ਕੇ ਨਹੀਂ ਮਾਰੇ ਸੀ ਹਾਂ ਮੈਂ ਇੱਕ ਹਿੰਦੀ ਫਿਲਮ ਬਾਰੇ ਮਾੜਾ ਬੋਲਿਆ ਸੀ ਮੈਂ ਉਸ ਦਿਨ ਦੇਖ ਕੇ ਆਇਆ ਸੀ ਤੇ ਇੰਟਰਵਿਊ ਸ਼ਾਇਦ ਤਾਹਿਰਾ ਨੇ ਲਈ ਸੀ ਵੀਰੇ ਇੰਟਰਵਿਊ ਤਦ ਤੱਕ ਮੈਨੂੰ ਯਾਦ ਆ ਮੈਂ ਉਹ ਫਿਲਮ ਬਾਰੇ ਮਾੜਾ ਬੋਲਿਆ ਸੀ ਉਹ ਫਿਲਮ ਸੀਗੀ ਹਾਊਸਫੁੱਲ ਦੀ ਤੁਸੀਂ ਗੱਲ ਕਰਦੇ ਸੀ ਹਾਊਸਫੁੱਲ 2 3 ਜਿਹੜੀ ਵੀ ਸੀ ਮੈਂ ਅੱਜ ਵੀ ਬੋਲਦਾ ਮਹਾ ਬਕਵਾਸ ਫਿਲਮ ਸੀ ਠੀਕ ਹੈ ਹੁਣ ਪਿੱਛੇ ਦੇ ਵੀਰੇ ਦੀ ਵੈਡਿੰਗ ਦਾ ਟ੍ਰੇਲਰ ਆਇਆ ਦਾ ਟ੍ਰੇਲਰ ਆਇਆ ਮੈਨੂੰ ਬਹੁਤ ਬਰਾ ਲੱਗਿਆ ਜੇ ਮੈਂ ਵੀਰੇ ਦੀ ਵੈਡਿੰਗ ਦਾ ਟ੍ਰੇਲਰ ਦੀ ਤਾਰੀਫ ਕਰਦਾ ਤਾਂ ਸਮਝ ਲੋ ਦਾਣਾ ਬਾਣੀ ਮੈਂ ਨਹੀਂ ਲੱਗਿਆ ਅੱਛਾ ਹਣਾ ਮੈਂ ਮੇਰੀ ਗੱਲ ਸੁਣੋ ਆ ਯਾਰ ਇੱਕ ਬੰਦਾ ਮਾਰਕੀਟ ਦੇ ਵਿੱਚ ਅਸਲੀ ਜੁਐਲਰੀ ਵੇਚ ਰਿਹਾ ਇੱਕ ਨਕਲੀ ਜੁਐਲਰੀ ਵੇਚ ਰਿਹਾ ਜੇ ਅਸਲੀ ਵਾਲਾ ਆਏ ਕਹਿੰਦਾ ਜੀ ਯਾਰ ਨਕਲੀ ਵੀ ਵਧੀਆ ਤਾਂ ਫਿਰ ਤਾਂ ਮਾੜੀ ਗੱਲ ਆ ਨਾ ਮੈਂ ਤਾਂ ਜੋ ਮੇਰੀ ਚੀਜ਼ ਹੈ ਮੈਂ ਤਾਂ ਉਹਨੂੰ ਵਧੀਆ ਕਿਉਂ ਮੇਰਾ ਇਹ ਜੋਨਰ ਇਹ ਵਧੀਆ ਮੈਨੂੰ ਉਹ ਬਕਵਾਸ ਲੱਗਦਾ ਮੈਂ ਹਜ਼ਾਰ ਕੀ ਲੱਖ ਬੰਦੇ ਜੀ ਕਹਾਂਗਾ ਤੇ ਲੋਕਾਂ ਨੂੰ ਜਿ ਬੁਰਾ ਲੱਗਦਾ ਲੱਗ ਜਾਵੇ ਹਾਂ ਨਾ ਨੇ ਇੱਕ ਜੇ ਇੱਕ ਪਾਸੇ ਆਪਾਂ ਦੇਖੀਏ ਬੜੀ ਚੰਗੀ ਗੱਲ ਵੀ ਆ ਮੈਂ ਇਹ ਵੀ ਗੱਲ ਸੱਚ ਕਹਣਾ ਮੈਂ ਮਾਸ ਇਸ ਕੁਰਸੀ ਤੇ ਮੈਨੂੰ ਰੱਬ ਨੇ ਬਿਠਾਇਆ ਪਬਲਿਕ ਨੇ ਨਹੀਂ ਉਠਾਇਆ ਮੈਂ ਸੱਚ ਬੋਲਦਾ ਜੇ ਰੱਬ ਖੁਸ਼ ਆ ਤਾਂ ਮੈਂ ਇੱਥੇ ਬੈਠਾ ਹਾਂ ਜੀ ਠੀਕ ਹੈ ਤੇ ਉਹ ਮੈਨੂੰ ਬੁਰੀ ਲੱਗੀ ਤੇ ਮੈਨੂੰ ਉਸ ਪਬਲਿਕ ਤੋਂ ਵੀ ਬਹੁਤ ਸ਼ਿਕਾਇਤ ਆ ਜਿਨ੍ਹਾਂ ਨੂੰ ਪ੍ਰੋਮੋਸ਼ਨ ਚਾਹ ਲੱਗ ਰਹੇ ਮੈਨੂੰ ਇਹ ਵੀ ਬਦਲ ਚੱਲ ਵੀ ਜਾਣੀ ਆ ਤੇ ਮੈਨੂੰ ਅਫਸੋਸ ਵੀ ਹੋਊਗਾ ਠੀਕ ਹੈ ਤੋ ਇਹ ਤਾਂ ਗਾਲਾਂ ਬਹੁਤ ਭੜੀਆਂ ਭੜੀਆਂ ਗੱਡੀਆਂ ਹੋਈਆਂ ਨੇ ਮੈਨੂੰ ਲੱਗਿਆ ਯਾਰ ਇਹ ਤਾਂ ਹੋਣਾ ਹੀ ਨਹੀਂ ਚਾਹੀਦਾ ਸੋ ਇਹ ਗੱਲ ਹੈ ਸੱਚ ਹੈ ਥੋੜੀ ਫਿਲਮਾਂ ਦੀ ਆਪਾਂ ਗੱਲ ਕਰਦੇ ਹਾਂ ਨਾ ਮੈਂ ਖਾਸ ਕਰ ਬੰਬੂ ਕਾਟ ਤੇ ਰੱਬ ਦਾ ਰੇਡੀਓ ਦੀ ਗੱਲ ਕਰੂੰਗੀ ਬੰਬੂ ਕਾਟ ਜਿਹੜਾ ਸੀਗਾ ਕਿਉਂਕਿ ਇਹ ਉਹ ਫਿਲਮਾਂ ਸੀ ਜਿਨ੍ਹਾਂ ਦੇ ਵਿੱਚ ਕੁੜੀਆਂ ਉਹਨਾਂ ਦੀਆਂ ਰੀਜਾਂ ਉਹਨਾਂ ਦੇ ਸੁਪਨੇ ਉਹਨਾਂ ਦੇ ਚਾਹਾਂ ਦੀ ਗੱਲ ਕੀਤੀ ਗਈ ਸੀਗੀ ਹਨਾ ਜਿਵੇਂ ਬੰਬੂ ਕਾਟ ਦੇ ਵਿੱਚ ਉਹ ਕਹਿੰਦੀ ਹੈ ਜੀ ਆਪਾਂ ਬੰਬੂ ਕਾਟ ਨਹੀਂ ਲੈ ਸਕਦੇ ਰੱਬ ਦਾ ਰੇਡੀਓ ਦੇ ਵਿੱਚ ਵੀ ਹੈ ਜਿਹੜਾ ਉਹ ਕੁੜੀਆਂ ਦੀ ਗੱਲ ਕਰਦੇ ਨੇ ਵੀ ਉਹ ਕਿੱਥੇ ਖੜੀਆਂ ਨੇ ਉਹ ਕੀ ਚਾਹੁੰਦੀਆਂ ਨੇ ਹਨਾ ਫਿਰ ਇਸ ਫਿਲਮ ਦੀ ਅਗਰ ਆਪਾਂ ਗੱਲ ਕਰੀਏ ਦਾਣਾ ਪਾਣੀ ਦੀ ਤਾਂ ਇਹਦੇ ਵਿੱਚ ਵੀ ਸ਼ਾਇਦ ਬਸੰਤ ਦਾ ਜਿਹੜਾ ਕਿਰਦਾਰ ਹੈ ਉਹ ਵੀ ਇਸ ਫਿਲਮ ਦੀ ਕਹਾਣੀ ਵੀ ਉਹਦੇ ਕਿਰਦਾਰ ਦੇ ਆਲੇ ਦੋਲੇ ਘੁੰਮਦੀ ਆ ਹਨਾ ਤੁਹਾਨੂੰ ਕੀ ਲੱਗਦਾ ਕਿ ਇਸ ਫਿਲਮ ਦੇ ਜਿਹੜੇ ਕਿਰਦਾਰ ਨੇ ਮਹਿਤਾਬ ਦਾ ਕਿਰਦਾਰ ਬਸੰਤ ਦਾ ਕਿਰਦਾਰ ਜਫਰ ਨਿਰਮਲ ॠषि ਹਰਾਂ ਦਾ ਕਿਰਦਾਰ ਇਹ ਵੀ ਲੋਕਾਂ ਦੇ ਵਿੱਚ ਉਸੇ ਤਰ੍ਹਾਂ ਜਿਉਂਦੇ ਰਹਿਣਗੇ ਹਾਂਜੀ ਉਸੇ ਤਰ੍ਹਾਂ ਜਰੂਰ ਮੈਨੂੰ ਮੈਨੂੰ ਪੂਰੀ ਉਮੀਦ ਹੈ ਕਿਰਦਾਰ ਬਸੰਤ ਦਾ ਕਿਰਦਾਰ ਮਹਿਤਾਬ ਸਿੰਘ ਦਾ ਕਿਰਦਾਰ ਜਿਉਂਦੇ ਰਹਿਣਗੇ ਲੋਕਾਂ ਵਿੱਚ ਜੀ ਇੱਕ ਥੋੜੀ ਫਿਲਮਾਂ ਦੇ ਜਿਹੜੇ ਟਾਈਟਲ ਹੁੰਦੇ ਨੇ ਬਹੁਤ ਕੈਚੀ ਹੁੰਦੇ ਨੇ ਜਿਹਾ ਜੇਮਸ ਬੌਂਡ ਕਦੇ ਸੋਚੇ ਨਹੀਂ ਸੀ ਕਿਸੇ ਨੇ ਵੀ ਪੰਜਾਬੀ ਫਿਲਮ ਦਾ ਨਾਮ ਕਦੇ ਜੱਟ ਜੇਮਸ ਬੌਂਡ ਹੋ ਸਕਦਾ ਹਨਾ ਉਸ ਤੋਂ ਬਾਅਦ ਬੰਬੂ ਕਟ ਕਿੰਨਾ ਸੋਹਣਾ ਟਾਈਟਲ ਰੱਬ ਦਾ ਰੇਡੀਓ ਬੜਾ ਛੋਟਾ ਜਿਹਾ ਟਾਈਟਲ ਸੀਗਾ ਤੇ ਬਹੁਤ ਕੈਚੀ ਸੀਗਾ ਦਾਣਾ ਪਾਣੀ ਦੀ ਆਪਾਂ ਗੱਲ ਕਰ ਲਈ ਇਹ ਸੋਚ ਕੇ ਲਿਖੇ ਹੁੰਦੇ ਨੇ ਕਿ ਟਾਈਟਲ ਤੇ ਥੋੜਾ ਖਾਸ ਕੰਮ ਰਹਿੰਦਾ ਮੈਂ ਇੱਕ ਕੋਟ ਪੜ੍ਹ ਰਿਹਾ ਸੀਗਾ ਯੋਗਾਨੰਦ ਪਰਮਾਨੰਸ ਇੱਕ ਫਲਸਫੇਗਰ ਨੇ ਉਹਨਾਂ ਦੀ ਕੋਟ ਸੀ ਕਿ ਉਹਨਾਂ ਨੇ ਲਿਖਿਆ ਸੀ ਕਿ ਆਵਰ ਹਾਰਟ ਇਜ਼ ਅ ਡਿਵਾਈਨ ਰੇਡੀਓ ਮੈਨੂੰ ਉਹ ਲਾਈਨ ਬਹੁਤ ਸੋਹਣੀ ਲੱਗੀ ਸੀ ਡਿਵਾਈਨ ਰੇਡੀਓ ਉਹਦੇ ਤੇ ਮੇਰੇ ਮਨ ਚ ਗਾਣਾ ਆਇਆ ਰੱਬ ਦਿਲ ਮੇਰਾ ਰੱਬ ਦਾ ਰੇਡੀਓ ਆ ਬੰਬੂ ਕਾਰਡ ਦੇ ਸੈੱਟ ਤੇ ਮੈਨੂੰ ਯਾਦ ਆ ਮੈਂ ਵੀਤ ਨੂੰ ਸੁਣਾਇਆ ਸੀ ਇਹ ਗਾਣਾ ਐਨਾ ਕਿਵੇਂ ਦਿਲ ਮੇਰਾ ਰੱਬ ਦਾ ਰੇਡੀਓ ਕਹਿੰਦਾ ਯਾਰ ਵਧੀਆ ਗਾਣਾ ਬਣੂਗਾ ਲਿਖ ਤੂੰ ਮੈਂ ਐਨਾ ਕੀ ਲਿਖਿਆ ਮੇਰੇ ਅੰਦਰ ਵਸਦਾ ਉਹ ਮੇਰੇ ਦਿਲ ਨੂੰ ਪੈਂਦੀ ਕੋ ਹਨਾ ਉਹ ਆ ਉਹ ਤੋ ਬਾਦ ਚਲਦੇ ਚਲਦੇ ਮੇਰੇ ਅੰਦਰ ਰੱਬ ਦਾ ਰੇਡੀਓ ਮੈਨੂੰ ਆ ਲਾਈਨਾਂ ਹੀ ਬਹੁਤ ਸੋਹਣੀ ਲੱਗੀਆਂ ਰੱਬ ਦਾ ਰੇਡੀਓ ਹੀ ਗੱਲ ਬਹੁਤ ਸੋਹਣੀ ਲੱਗੀ ਤੇ ਮੈਂ ਸੋਚਿਆ ਯਾਰ ਫਿਲਮ ਦਾ ਟਾਈਟਲ ਹੋ ਸਕਦਾ ਰੱਬ ਦਾ ਰੇਡੀਓ ਫਿਰ ਆ ਕਹਾਣੀ ਮੇਰੇ ਮਨ ਚ ਆਈ ਤੇ ਫਿਰ ਮੇਰੇ ਮਨ ਚ ਇਹ ਗੱਲ ਵੀ ਆਈ ਕਿ ਰੱਬ ਦਾ ਰੇਡੀਓ ਇਸ ਕਹਾਣੀ ਦਾ ਟਾਈਟਲ ਹੋ ਸਕਦਾ ਅੱਛਾ ਠੀਕ ਹੈ ਹਾਂਜੀ ਤੇ ਉਹ ਮੈਂ ਫਿਰ ਉਹ ਗੀਤ ਵੀ ਲਿਖਿਆ ਤੇ ਸੋ ਰੱਬ ਦਾ ਰੇਡੀਓ ਟਾਈਟਲ ਆਇਆ ਆਇਆ ਸੀ ਬੰਬੂ ਗਾਰਡ ਟਾਈਟਲ ਫਿਲਮ ਦਾ ਸਬਜੈਕਟ ਫਿਲਮ ਦੇ ਸਬਜੈਕਟ ਨਾਲ ਹੀ ਸੀਗਾ ਬੰਬੂਗਾਰਡ ਦਾਣਾ ਬਾਣੀ ਜਿਹੜਾ ਸੀ ਉਹ ਗਾਣਾ ਜਿਹੜਾ ਕਿ ਆ ਨਾ ਕਿ ਦਾਣਾ ਬਾਣੀ ਖਿੱਚ ਕੇ ਲਿਆਉਂਦਾ ਕੋਣ ਕਿਸੇ ਦਾ ਖਾਂਦਾ ਹੈ ਨਾ ਮੁਹੰਮਦ ਰਫੀ ਦਾ ਗਾਣਾ ਮੈਂ ਬੜਾ ਫੈਨ ਹਾਂ ਉਹਨਾਂ ਦਾ ਤੇ ਮੈਨੂੰ ਉਹ ਗਾਣਾ ਬਹੁਤ ਸੋਹਣਾ ਲੱਗਦਾ ਸੀ ਤੇ ਸੋ ਮੈਂ ਮੈਨੂੰ ਕਿਤੇ ਨਾ ਕਿਤੇ ਪਤਾ ਸੀ ਵੀ ਇੱਕ ਟਾਈਟਲ ਵੀ ਵੱਡਾ ਦਾਣਾ ਬਾਣੀ ਤੇ ਦਾਣਾ ਬਾਣੀ ਟਾਈਟਲ ਦੇ ਥੱਲੇ ਕਿਹਾ ਬਹੁਤ ਕੁਝ ਆ ਸਕਦਾ ਸੋ ਮੈਨੂੰ ਉਹ ਮੈਂ ਗਾਣਾ ਪਾਉਣਾ ਵੀ ਚਾਹੁੰਦਾ ਸੀ ਫਿਲਮ ਦੇ ਵਿੱਚ ਸਾਨੂੰ ਰਾਈਟਸ ਨਹੀਂ ਮਿਲੇ ਉਸ ਗਾਣੇ ਦੇ ਐਚਐਮੀ ਤੋਂ ਤੇ ਹਾਂ ਸੋ ਇਹ ਟਾਈਟਲ ਉੱਥੋਂ ਆਇਆ ਬਾਈਲਾਸ ਟਾਈਟਲ ਮਾਰਾ ਸੀ ਸਾਬ ਹਦਰ ਮੈਂ ਨਹੀਂ ਰੱਖਿਆ ਸੀ ਜੱਟ ਜੀਮਸ ਬੌਂਡ ਵੀ ਮੈਂ ਨਹੀਂ ਰੱਖਿਆ ਸੀ ਅੱਛਾ ਉਹ ਪ੍ਰੋਡਿਊਸਰ ਸੀਗੇ ਜਿਹੜੇ ਉਦੋਂ ਰੱਖਿਆ ਸੀ ਨਾਹੀਂ ਉਦੋਂ ਮੈਂ ਇੰਨੇ ਰੁਤਬੇ ਸੀਗਾ ਕਿ ਮੈਂ ਟਾਈਟਲ ਰੱਖਾਂ ਉਹ ਕਹਿੰਦੇ ਜੱਟ ਜੀਮਸ ਬੌਂਡ ਰੱਖਣਾ ਮੈਂ ਰੱਖ ਲਓ ਬਾਜੀ ਫਿਲਮ ਬਣਾਓ ਠੀਕ ਹੈ ਪਰ ਉਹ ਬਹੁਤ ਸੋਹਣਾ ਟਾਈਟਲ ਸੀਗਾ ਫਿਲਮ ਵੀ ਬਹੁਤ ਕਮਾਲ ਦੀ ਚੱਲੀ ਉਹ ਬਣਾ ਅਜੀ ਮੇਰੀ ਕਿਸ ਨਾ ਗੱਲ ਹੋ ਰਹੀ ਸੀ ਕਿ ਕਹਿੰਦੇ ਅੱਜ ਕੱਲ ਤਾਂ ਵੀ ਜਿਹੜਾ ਲੇਖਕ ਆ ਉਹੀ ਮਤਲਬ ਸਟਾਰ ਬਣਿਆ ਹੋਇਆ ਤੇ ਉਹੀ ਬਣੀਆਂ ਬਣਾਈਆਂ ਫਿਲਮਾਂ ਲੈ ਕੇ ਪ੍ਰੋਡਿਊਸਰ ਡਾਇਰੈਕਟਰ ਕੋਲੇ ਜਾਂਦੇ ਨੇ ਜੀ ਆਹ ਕਿਰਦਾਰ ਆ ਜਿਹੜਾ ਮੈਂ ਫਲਾਣੇ ਬੰਦੇ ਨੂੰ ਸੋਚ ਕੇ ਲਿਖਿਆ ਆਹ ਕਿਰਦਾਰ ਆ ਜਿਹੜਾ ਮੈਂ ਫਲਾਣੇ ਨੂੰ ਸੋਚ ਕੇ ਲਿਖਿਆ ਇਹ ਜੈਨੂਇਨ ਗੱਲ ਆ ਜਾਂ ਫਿਰ ਇਹ ਇੱਕ ਪਲਾਨ ਹੁੰਦਾ ਹੈ ਕਿ ਨਹੀਂ ਅੱਛਾ ਮੈਂ ਤੇਰੇ ਲਈ ਫਿਲਮ ਲਿਖ ਰਿਹਾ ਵਾ ਤੇ ਇਹ ਹੁੰਦਾ ਕਿ ਰਾਈਟਰ ਦੀ ਗੱਲ ਕੋਈ ਮੋੜਦਾ ਨਹੀਂ ਹੈਗਾ ਹਾਲਾਂਕਿ ਜਦੋਂ ਜਸ ਗਰੇਵਾਲ ਜਾ ਕੇ ਗੱਲ ਕਰਨ ਜਿਵੇਂ ਤੁਸੀਂ ਕਹੇ ਕਿ ਹੁਣ ਤੇ ਇੱਕ ਮਾਰਕੀਟ ਦੇ ਵਿੱਚ ਤੁਹਾਡਾ ਰੁਤ ਤੁੜੇ ਤੇ ਲੋਕੀ ਯਕੀਨ ਕਰਦੇ ਨੇ ਕਿ ਅੱਛਾ ਜਸ ਨੇ ਗੱਲ ਕਹੀ ਆ ਤੇ ਇਹਦੇ ਵਿੱਚ ਕੋਈ ਨਾ ਕੋਈ ਵਜਨ ਤਾਂ ਜ਼ਰੂਰ ਹੈਗਾ ਆ ਇਹ ਗੱਲ ਹੈਗੀ ਆ ਕਿ ਰਾਈਟਰ ਫਿਲਮ ਪੂਰੀ ਤਿਆਰ ਕਰਕੇ ਜਾਂਦੇ ਨੇਗੇ ਜਿਵੇਂ ਜੇਮਸ ਬੌਂਡ ਦਾ ਇੱਕ ਡਾਇਲੋਗ ਸੀਗਾ ਕਹਿੰਦਾ ਬੌਸ ਹੋ ਹੁੰਦਾ ਜਿਹਦੇ ਨਾਲ ਚਾਰ ਬੰਦੇ ਦੇਖ ਕੇ ਗੱਲ ਕਰਦੇ ਹੁਣ ਜਿਹੜੇ ਬੰਦੇ ਦਾ ਕ੍ਰੈਡੀਬਿਲਟੀ ਤੇ ਸਭ ਨੂੰ ਸਭ ਤੋਂ ਜ਼ਿਆਦਾ ਯਕੀਨ ਹੁੰਦਾ ਉਹ ਬੰਦੇ ਦੀ ਗੱਲ ਸਾਰੇ ਮੰਨਣਾ ਪਸੰਦ ਕਰਦੇ ਆ ਆ ਖੈਰ ਮੈਂ ਤਾਂ ਬਹੁਤ ਚੰਗੀ ਗੱਲ ਮੰਨਦਾ ਕਿ ਰਾਈਟਰ ਇਸ ਇੰਡਸਟਰੀ ਦੇ ਵਿੱਚ ਕੁਝ ਲੋਕ ਕਹਿੰਦੇ ਨੇ ਵੀ ਰਾਈਟਰ ਪ੍ਰਧਾਨ ਇੰਡਸਟਰੀ ਹੈ ਇਹ ਤਾਂ ਬਹੁਤ अच्छी ਗੱਲ ਆ ਅਗਰ ਆਏ ਹੈ ਸੋ ਜੀ ਹਰ ਫਿਲਮ ਦੇ ਵਿੱਚ ਇੱਕ ਬੰਦਾ ਹੁੰਦਾ ਜਿਸ ਦੀ ਕ੍ਰੈਡੀਬਿਲਿਟੀ ਸਭ ਤੋਂ ਜ਼ਿਆਦਾ ਹੁੰਦੀ ਹੈ ਉਹ ਬੰਦੇ ਦੀ ਗੱਲ ਮੰਨੀ ਜਾਂਦੀ ਹੈ ਇੱਥੋਂ ਤੱਕ ਕਿ ਅ ਕੈਰੈਕਟਰ ਆਰਟਿਸਟ ਕਿਹਨੂੰ ਲੈਣਾ ਇਸ ਦਾ ਕਿਹਦਾ ਕੀ ਨਾਮ ਰੱਖਣਾ ਤੇ ਉਹ ਬੰਦੇ ਨੇ ਕਹਿਦੇ ਹੋਏ ਭਾਈ ਜੀ ਆਹ ਨਾਮ ਉਹਦਾ ਤੋ ਹੀ ਮੰਨਾਂਗੇ ਮੈਨੂੰ ਯਾਦ ਆ ਮੈਂ ਇੱਕ ਫਿਲਮ ਦੇ ਵਿੱਚ ਸੀਗਾ ਉੱਥੇ ਮੈਨੂੰ ਜਿਹੜੇ ਹੀਰੋ ਸੀ ਉਹਨਾਂ ਨੇ ਕਿਹਾ ਕਿ ਉਹ ਕਰਤਾ ਦਾ ਨਾਮ ਆ ਰੱਖ ਦੇ। ਹਾਂ ਠੀਕ ਹੈ ਜੀ ਰੱਖ ਦਿੰਨਾ। ਪਰ ਹੁਣ ਮੈਨੂੰ ਕੋਈ ਨਹੀਂ ਕਹਦਾ ਅਗਲਾ ਕਹਿੰਦਾ 10:00 ਵਜੇ ਤੁਸੀਂ ਸੋਚਿਆ ਤਾਂ ਸਹੀ ਸੋਚਿਆ ਹੋਣਾ ਕਿਉਂਕਿ ਇੱਕ ਕ੍ਰੈਡਿਬਿਲਟੀ ਬਣ ਗਈ। ਜੀ। ਸੋ ਬਸ ਇਹੀ ਆ ਜੀ। ਇਹੀ ਆਨਸਰ ਆ ਤੁਹਾਡੀ ਗੱਲ ਦਾ ਕਿ ਕ੍ਰੈਡਿਬਿਲਟੀ ਬੋਲਦੀ ਆ ਤੇ ਹੁਣ ਅਸੀਂ ਸਾਨੂੰ ਸਭ ਨੂੰ ਮੌਕਾ ਮਿਲਿਆ ਆਪਦੇ ਦਿਲ ਦੀਆਂ ਗੱਲਾਂ ਉਹਦੀਆਂ ਰੀਝਾਂ ਪੂਰੀਆਂ ਕਰਨ ਦਾ ਅਸੀਂ ਕਰ ਰਹੇ ਹਾਂ। ਕੁਝ ਇੰਡਸਟਰੀ ਲੀਗਲ ਵਧੀਆ ਕਿਸੇ ਵਿਅਕਤੀ ਵਿਸ਼ੇਸ਼ ਲਈ ਸ਼ਬਦ ਨਾ ਵਧੀਆ ਹੋਰ ਇੰਡਸਟਰੀ ਲੀਗਲ ਆਉਦੀ ਹੈ ਜੀ ਤੇ ਪਰ ਇਸ ਫਿਲਮ ਦਾਣਾ ਪਾਣੀ ਤੋਂ ਸਾਨੂੰ ਬਹੁਤ ਉਮੀਦਾਂ ਨੇ ਇੱਕ ਤੇ ਤਰਨ ਦੀ ਡਾਇਰੈਕਸ਼ਨ ਆਪਾਂ ਪਹਿਲਾਂ ਦੇਖ ਚੁੱਕੇ ਹਾਂ ਥੋੜਾ ਤਾਂ ਆਪਾਂ ਪਿਛਲੀਆਂ ਕਿੰਨੀਆਂ ਫਿਲਮਾਂ ਤੋਂ ਕੰਮ ਦੇਖਦੇ ਆਏ ਆ ਤੇ ਪ੍ਰੋਡਿਊਸਰ ਵੀ ਇਸ ਵਾਰੀ ਪਹਿਲੀ ਵਾਰੀ ਪੈਸਾ ਲਾ ਰਹੇ ਨੇਗੇ ਤੇ ਇਹ ਪ੍ਰੋਡਿਊਸਰ ਸਾਡੀ ਇੰਡਸਟਰੀ ਦੇ ਵਿੱਚ ਟਿਕ ਕੇ ਰਹਿਣ ਤੇ ਇਸ ਫਿਲਮ ਦੇ ਲਈ ਮੈਂ ਖਾਸ ਕਰਕੇ ਚਾਹੁੰਦੀ ਕਿ ਤੁਸੀਂ ਦਰਸ਼ਕਾਂ ਨੂੰ ਜ਼ਰੂਰ ਕੁਝ ਕਹਿ ਕੇ ਜਾਓ ਦਾਣਾ ਪਾਣੀ ਫਿਲਮ ਬਹੁਤ ਸੋਹਣੀ ਬਣੀ ਹੈ ਜੀ ਬਹੁਤ ਸੋਹਣੀ ਜੋਨ ਬੈਕ ਹਾਸਿਨਾ ਕੇ ਬਾਈਲਰਸ ਬਾਰੇ ਅ ਤਿਲ ਦੇ ਸਭ ਤੋਂ ਕਰੀਬ ਕਹਾਣੀ ਆ ਜਾਂ ਮੈਂ ਇਹ ਕਹਾਂ ਕਿ ਮੈਨੂੰ ਅ ਕਿਰਦਾਰ ਬਨੋਟ ਲੋਂ ਦਾ ਮੇਰੇ ਦਿਲ ਦੇ ਬਹੁਤ ਕਰੀਬ ਆ ਆ ਪਿੱਛੇ ਜੇ ਗੋਲਗੋਗਨੀ ਚ ਉਹਨਾਂ ਦਾ ਕਿਰਦਾਰ ਅਮਰਿੰਦਰ ਗਿੱਲ ਦਾ ਵੀ ਮੈਨੂੰ ਬਹੁਤ ਚੰਗਾ ਲੱਗਿਆ ਜੀ ਜੀ ਅ ਜਦੋਂ ਮੈਂ ਫਿਲਮ ਦੇਖਦਾ ਮੇਰੀਆਂ ਬੰਬੂ ਗਾਰਡ ਰੱਬ ਦੇ ਡੀਓ ਤੋਂ ਬਾਅਦ ਜਦ ਇਹਨੂੰ ਦੇਖਦਾ ਤਾਂ ਮੈਨੂੰ ਲੱਗਦਾ ਯਾਰ ਸਭ ਬਹੁਤ ਸੋਹਣੀ ਬਣੀ ਬਹੁਤ ਹੀ ਜ਼ਿਆਦਾ ਸੋਹਣੀ ਫਿਲਮ ਬਣੀ ਆ ਆ ਤੁਸੀਂ ਅੱਖ ਨਹੀਂ ਝਮਕੋਗੇ ਅੱਛਾ ਪੂਰੀ ਫਿਲਮਸ ਠੀਕ ਹੈ ਤੇ ਜੰਮੀ ਸ਼ੇਰਗਿਲ ਸਮੀ ਦਾ ਕਰ ਹਮੇਸ਼ਾ ਸਮੀ ਵਾਸ ਆਲਵੇਜ਼ ਬ੍ਰਿਲिएंट ਜੀ ਜੰਮੀ ਸ਼ੇਰਗਿਲ ਨੇ ਨਵ ਵਧੀਆ ਕੰਮ ਕੀਤਾ ਮਤਲਬ ਪਹਿਲੀ ਵਾਰ ਹੋਇਆ ਯਾਰ ਮੈਨੂੰ ਅਹਿਸਾਸ ਹੋਇਆ ਮੈਂ ਜੰਮੀ ਸ਼ੇਰਗਿਲ ਨਹੀਂ ਦਲਪ কুমার ਦਾ ਕੰਮ ਕਰ ਰਿਹਾ ਬਹੁਤ ਸੋਣਾ ਕੰਮ ਕੀਤਾ ਇੱਕ ਇੱਕ ਡਾਇਲੋਗ ਡਾਇਲੋਗ ਬੋਲਣ ਦਾ ਅੰਦਾਜ਼ ਬੰਦੇ ਦੇ ਦੇਖਣ ਦਾ ਅੰਦਾਜ਼ ਪਹਿਲੀ ਵਾਰ ਲੱਗਿਆ ਕਿ ਯਾਰ ਹਾਂ ਹੀਰੋ ਦਾ ਕੰਮ ਕਰ ਰਿਹਾ ਹੈ ਅੱਛਾ ਠੀਕ ਹੈ ਜੰਮੀ ਸ਼ਰ ਕੇ ਲਿਸ ਬ੍ਰਿਲिएंट ਸੋ ਫਿਲਮ ਬਹੁਤ ਵਧੀਆ ਹੈ। ਕਰ ਵੀ ਪਹਿਲੀ ਵਾਰ ਹੀਰੋ ਨਰ ਰਹੀ ਹੂੰ। ਉਸ ਤੋਂ ਪਹਿਲਾਂ ਗੀਪੀ ਕਰੀਵਾਲ ਤਰਸੀਮ ਜਸਰ ਯੰਮੀ ਮਿਰਕਾ ਨਾਲ ਇਹਨਾਂ ਨੇ ਫਿਲਮਾਂ ਕੀਤੀਆਂ ਨੇ ਤੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਤੁਸੀਂ ਇਹ ਫਿਲਮ 4 ਮਈ ਨੂੰ ਜਦੋਂ ਵੀ ਤੁਹਾਡਾ ਵੇਲ ਲੱਗਦਾ ਆਪਣੇ ਨੇੜੇ ਦੂਰ ਦੇ ਜਿਹੜਾ ਵੀ ਸਿਨੇਮਾ ਤੁਸੀਂ ਜਿੱਥੇ ਤੱਕ ਪਹੁੰਚ ਕਰ ਸਕਦੇ ਹੋ ਜਾ ਕੇ ਥੀਏਟਰ ਦੇ ਵਿੱਚ ਇਹ ਜ਼ਰੂਰ ਦੇਖਿਓ ਪਰਿਵਾਰਾਂ ਦੇ ਸਮੇਤ ਜਾਇਓ। ਇਸ ਤੋਂ ਬਾਅਦ ਤੁਹਾਡੀ ਫਿਲਮ ਵਿਦਿਆ ਪੜਾਈ ਆ ਰਹੀ ਹੈ। ਵਿਦਿਆ ਪੜਾਈ ਹਾਂ। ਉਲੀ ਵੈਰੀ ਗੁੱਡ ਦੱਸੋ ਇਹ ਤੋਂ ਵੈਰੀ ਨੈਕਸਟ ਤਾਂ ਨਹੀਂ ਹੈਗੀ ਆਮ ਟੇਕਿੰਗ ਟਾਈਮ ਉਹਨੂੰ ਲਿਖਣ ਵਾਸਤੇ ਅੱਛਾ ਸ਼ਾਇਦ ਨਵੰਬਰ ਜਾਂ ਦਸੰਬਰ ਜਾਂ ਜਨਵਰੀ ਜਿਸੀ ਕਿਤੇ ਸਟਾਰਟ ਕਰਾਂਗੇ ਵਿੱਦਿਆ ਬੜਾਈ ਮੈਨੂੰ ਬਹੁਤ ਪਿਆਰੀ ਹੈ ਜੀ ਉਹ ਕਹਾਣੀ ਵੀ ਉਹ ਕਹਾਣੀ ਵੀ ਬਹੁਤ ਜ਼ਿਆਦਾ ਪਿਆਰੀ ਹੈ ਕਿਉਂਕਿ ਉਹ ਵਿੱਦਿਆ ਬੜਾਈ ਇੱਕ ਬੱਚੇ ਦੀ ਕਹਾਣੀ ਆ ਅੱਛਾ ਜੋ ਵੱਡਾ ਹੋ ਕੇ ਉਹ ਸਕੂਲ ਤੇ ਕੇਸ ਕਰ ਦਿੰਦਾ ਕਹਿੰਦਾ ਇਹਨੇ ਮੇਰਾ ਟਾਈਮ ਵੇਸਟ ਕੀਤਾ ਸੋ ਉਹਦੇ ਤੇ ਇੱਕ ਸਟੋਰੀ ਆ ਤੇ ਉਹ ਚਾਈਲਡ ਸਾਈਕੋਲੋਜੀ ਇਨਰ ਚਾਈਲਡ ਸਾਈਕੋਲੋਜੀ ਅੱਛਾ ਦੇ ਉੱਤੇ ਬਣਾਈ ਹੋਈ ਸਾਰੀ ਮੂਵੀ ਆ ਇੱਕ ਬੁੱਕ ਆ ਯੂ ਕੈਨ ਹੀਲ ਯੂਰ ਲਾਈਫ ਅੱਛਾ ਜਿਹੜੀ ਇਨਰ ਚਾਈਲਡ ਸਾਈਕੋਲੋਜੀ ਤੇ ਆ ਉਹ ਬੁੱਕ ਪੜਨ ਤੋਂ ਬਾਅਦ ਮੈਂ ਇਹ ਸਬਜੈਕਟ ਮੇਰੇ ਦਿਮਾਗ ਚ ਆਇਆ ਸੀ ਸੋ ਵਿਦਿਆ ਪੜਾਈ ਮੇਰਾ ਸਬਜੈਕਟ ਹੈਲਪ ਕਰੂਗਾ ਕਈ ਬੱਚਿਆਂ ਦੀ ਕਈ ਸਟੂਡੈਂਟਸ ਦੀ ਇਹ ਸਾਡੇ ਜਿਹੜੇ ਕਹਾਣੀਕਾਰ ਨੇ ਲੇਖਕ ਨੇ ਇਹ ਗਾ ਵੀ ਲੈਂਦੇ ਨੇ ਭਾਜੀ ਇਹਦੇ ਬਹੁਤ ਸੋਹਣੇ ਗਾਣੇ ਰਿਲੀਜ਼ ਹੋਏ ਨੇ ਮਨਮੋਹਣ ਵਾਰਸੁਰਾਂ ਦੀ ਆਵਾਜ਼ ਦੇ ਵਿੱਚ ਪ੍ਰਭ ਗਿੱਲ ਹਰਪ੍ਰੀਤ ਮਾਨ ਹੋਰਾਂ ਦੀ ਆਵਾਜ਼ ਦੇ ਵਿੱਚ ਸਾਨੂੰ ਕੋਈ ਸੁਣਾ ਸਕਦੇ ਹੋ ਇਸ ਵੇਲੇ ਮੰਮੈਂ ਨਾ ਵਧੀਆ ਗੁੰਦਾ ਨਹੀਂ ਆਏਗਾ ਇੱਕ ਲਾਈਨ ਸੁਣਾ ਦਿਓ ਉਹ ਸੁਣਾ ਦੇਣਾ ਜਿਹੜਾ ਕੁਲਦੀਪ ਮਾਨਕ ਸਿੰਘ ਦਾ ਗਾਣਾ ਕੋਈ ਵੀ ਸੁਣਾ ਦੇ ਜਿਹੜਾ ਅੱਜ ਰਿਲੀਜ਼ ਹੋ ਰਿਹਾ ਹੈ ਜੀ ਨਾ ਤੂੰ ਤੀਰਥ ਮੱਕੇ ਜਾਈ ਤੇਰੇ ਅੰਦਰ ਵਸਦਾ ਸਾਈ ਹਰ ਦਮ ਗੁਰੂ ਦਾ ਮੰਨੀ ਪਾਣਾ ਹਕ ਪਰਾਇਆ ਛੱਡ ਦੇ ਖਾਣਾ ਮਾਨਸ ਜਨਮ ਅਮੋਲਕ ਹੀਰਾ ਨਾ ਕਰ ਤੂੰ ਵਰਵਾ ਜਿੰਦੜੀਏ ਰੋਵੇਂਗੀ ਕਰ ਕਰ ਵੇਲਾ ਯਾਦ ਜਿੰਦੜੀਏ ਰੋਵੇਂਗੀ ਕਰ ਕਰ ਵੇਲਾ ਯਾ ਜੰਦੜੀਏ ਰੋਏਗੀ ਹੋ ਕਰ ਕਰ ਵੇਲਾ ਯਾ ਜੰਦੜੀਏ ਰੋਏਗੀ ਬਹੁਤ ਮਿਹਰਬਾਨੀ ਭਾਜੀ ਤੇ ਇੱਕ ਵਾਰ ਫਿਰ ਤੋਂ ਵੀਸ਼ੂ ਗੁੱਡ ਲੱਕ ਕੇ ਫਿਲਮ ਦਾਣਾ ਪਾਣੀ ਬਹੁਤ ਕਮਾਲ ਦਾ ਬਿਜ਼ਨਸ ਕਰੇ ਅਤੇ ਚੰਗੀਆਂ ਫਿਲਮਾਂ ਤੁਸੀਂ ਹੋਰ ਇੰਡਸਟਰੀ ਦੇ ਵਿੱਚ ਲੈ ਕੇ ਆਵੋ ਬਹੁਤ ਮਿਹਰਬਾਨੀ ਟਾਈਮ ਕਿਡਿਆ ਤੁਸੀਂ ਸੋ ਦੋਸਤੋ ਇਸ ਹਨ ਸਾਡੇ ਨਾਲ 4 ਮਈ ਨੂੰ ਰਿਲੀਜ਼ ਹੋਣ ਵਾਲੀ ਫਿਲਮ ਦਾਣਾ ਪਾਣੀ ਦੇ ਲੇਖਕ ਜਸ ਗਰੇਵਾਲ ਮੈਂ ਇੱਕ ਵਾਰ ਫਿਰ ਤੋਂ ਕਹਿ ਰਹੀ ਹਾਂ ਕਿ ਇਸ ਫਿਲਮ ਨੂੰ ਤੁਸੀਂ ਜ਼ਰੂਰ ਵੇਖ ਕੇ ਆਇਓ ਮੈਨੂੰ ਗੁਰਦੀਪ ਗਰੇਵਾਲ ਨੂੰ ਦੇ ਦੇਓ ਇਜਾਜ਼ਤ ਫਿਰ ਮਿਲਾਂਗੇ ਰੱਬ ਰੱਖਾ